ਸਮੂਹ ਦਰਸ਼ਕਾਂ ਦਾ ਆਵਾਜ਼ੇ ਪੰਜਾਬ ਪ੍ਰੋਗਰਾਮ ਚ ਚੈਨਲ ਪੰਜਾਬੀ ਗਲੋਬਲ ਪੰਜਾਬ ਤੇ ਸਵਾਗਤ ਹੈ। ਕੈਨੇਡਾ ਦੀ ਧਰਤੀ ਤੇ ਅਸੀਂ ਜੋ ਇਸ ਵੇਲੇ ਆਜ਼ਾਦੀ ਮਾਣ ਰਹੇ ਆਂ ਜਾਂ ਜਿਹੜੀਆਂ ਇੱਥੇ ਬੈਠੀਆਂ ਸਾਡੀਆਂ ਕੌਮਾਂ ਜਾਂ ਸਾਡੇ ਲੋਕ ਨੇ ਸੁਖ ਹੌਲਤਾ ਮਾਣ ਰਹੇ ਨੇ ਕਦੇ ਬੈਠ ਕੇ ਯਾਦ ਕੀਤਾ ਕਿ ਇਹ ਕਿਵੇਂ ਮਿਲੇ ਨੇ? ਇਹਨਾਂ ਪਿੱਛੇ ਕਿੰਨੀਆਂ ਸ਼ਹਾਦਤਾਂ ਨੇ, ਕਿੰਨੇ ਸੰਘਰਸ਼ ਲੜੇ ਗਏ ਨੇ, ਕਿੰਨੀਆਂ ਕੁਰਬਾਨੀਆਂ ਨੇ? ਇਹ ਬਹੁਤ ਵੱਡੀ ਗੱਲ ਹੈ। ਅੱਜ ਜਦੋਂ ਅਸੀਂ ਇਸ ਇਤਿਹਾਸ ਨੂੰ ਦੇਖਦੇ ਆਂ ਤਾਂ ਸਾਨੂੰ ਜ਼ਰੂਰ ਬਾਚਣਾ ਪਏਗਾ ਕਿ ਇਹ ਥਾਲੀਸ ਅਪਰੋਚ ਕੇ ਨਹੀਂ ਆਏ ਇਹਨਾਂ ਦੇ ਪਿੱਛੇ ਬਹੁਤ ਲੰਮਾ ਸੰਘਰਸ਼ ਹੋਇਆ ਇਸ ਸੰਘਰਸ਼ ਦੇ ਦੋ ਸ਼ਹੀਦ ਯੋਧੇ ਜਿਹੜੇ ਕੈਨੇਡਾ ਦੀ ਇਤਿਹਾਸ ਦੇ ਪਹਿਲੇ ਮੋਢੀ ਸ਼ਹੀਦ ਨੇ ਅੱਜ ਉਹਨਾਂ ਦੇ ਸ਼ਹੀਦੀ ਪ੍ਰਸੰਗ ਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਉਹ ਹੈ 5 ਸਤੰਬਰ 1914 ਨੂੰ ਕੈਨੇਡਾ ਦੀ ਧਰਤੀ ਤੇ ਗੁਰਦੁਆਰਾ ਖਾਲਸਾ ਦਵਾਨ ਸੋਸਾਇਟੀ ਸੈਕੰਡ ਐਵੇਨਿਊ ਵਿਖੇ ਭਾਈ ਭਾਗ ਸਿੰਘ ਜੀ ਭਿੱਖੀਵੰਦ ਭਾਈ ਮਤਨ ਸਿੰਘ ਜੀ ਦਲੇਲ ਸਿੰਘ ਵਾਲਾ ਇਹਨਾਂ ਦੀ ਸ਼ਹਾਦਤ ਹੋਈ ਇਹ ਵੀ ਕੈਨੇਡਾ ਦੇ ਵਿੱਚ ਉਵੇਂ ਹੀ ਆਏ ਸਨ ਜਿਵੇਂ ਬਾਕੀ ਲੋਕ ਆਉਂਦੇ ਨੇ ਪਰਿਵਾਰਾਂ ਨੂੰ ਰੋਜ਼ੀ-ਰੋਟੀ ਲਈ ਚੰਗੀ ਜ਼ਿੰਦਗੀ ਬਿਸਰ ਕਰਨ ਲਈ ਹੌਲੀ-ਹੌਲੀ ਪਰਿਵਾਰਾਂ ਨੂੰ ਸੱਦਣ ਦਾ ਸੰਘਰਸ਼ ਵੀ ਹੋਇਆ ਭਾਈ ਭਾਗ ਸਿੰਘ ਜੀ ਭੀਖੀਵਿੰਨ ਜਿਹੜੇ ਕਿ ਗਦਰ ਲਹਿਰ ਦੇ ਮੋਢੀਆਂ ਦੇ ਵਿੱਚੋਂ ਇੱਕ ਸਨ ਭਾਈ ਵਤਨ ਸਿੰਘ ਜੀ ਦਲੇਲ ਸਿੰਘ ਵਾਲਾ ਉਹ ਸਮਰਪਤ ਸਿੱਖ ਸਨ ਜਿਨ੍ਹਾਂ ਦੀ ਭਾਵਨਾ ਬੜੀ ਬੇ ਮਿਸਾਲ ਸੀ ਇਹਨਾਂ ਦੀ ਸ਼ਹਾਦਤ ਕਿਵੇਂ ਹੋਈ ਤੇ ਕਿਵੇਂ ਉਹਨਾਂ ਦੀ ਸ਼ਹਾਦਤ ਨੇ ਇਤਿਹਾਸ ਨੂੰ ਨਵਾਂ ਮੋੜ ਦਿੱਤਾ ਕਿਵੇਂ ਮੇਵਾ ਸਿੰਘ ਨੇ ਉਸ ਤੋਂ ਬਾਅਦ ਜਿਹੜਾ ਹੈ ਹਥਿਆਰਬੰਦ ਸੰਘਰਸ਼ ਕੀਤਾ ਕਿਵੇਂ ਉਹਨਾਂ ਨੇ ਹਪਕਿੰਸਨ ਨੂੰ ਸੋਧਿਆ ਕਿਵੇਂ ਜਾ ਕੇ ਉਹਨਾਂ ਦੀ ਸ਼ਹੀਦੀ ਹੋਈ ਉਹਨਾਂ ਨੂੰ ਫਾਂਸੀ ਦਾ ਦਰਸਾ ਚੁੰਮਣਾ ਪਿਆ ਉਸ ਤੋਂ ਮਗਰੋਂ ਕਿਵੇਂ ਕੈਨੇਡਾ ਦੇ ਵਿੱਚ ਜਿਹੜਾ ਮਨੁੱਖੀ ਅਧਿਕਾਰਾਂ ਦਾ ਦੌਰ ਚੱਲਿਆ ਇਹ ਸਾਰਾ ਇਤਿਹਾਸਕ ਵੀਰਵਾ ਅੱਜ ਖਾਸ ਦਿਨ ਦੇ ਪ੍ਰਸੰਗ ਦੇ ਵਿੱਚ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਤੇ ਸਾਡੇ ਮਹਿਮਾਨ ਨੇ ਪੱਤਰਕਾਰ ਗੁਰਪ੍ਰੀਤ ਸਿੰਘ ਜੀ ਜਿਨ੍ਹਾਂ ਨੇ ਭਾਈ ਮੇਵਾ ਸਿੰਘ ਜੀ ਦੇ ਬਾਰੇ ਕਿਤਾਬ ਵੀ ਲਿਖੀ ਹੈ ਕਿ ਹਪਕਿੰਸਨ ਨੂੰ ਜਿਹੜਾ ਕਿਵੇਂ ਸੋਧਿਆ ਤੇ ਉਹਨਾਂ ਨੇ ਇਸ ਦੇ ਨਾਲ ਨਾਲ ਉਸ ਸਮੇਂ ਦੇ ਹਾਲਾਤ ਬਾਰੇ ਬਹੁਤ ਕੁਝ ਲਿਖਿਆ ਅੱਜ ਸਾਡੇ ਨਾਲ ਸ਼ਾਮਲ ਨੇ ਜੀ ਆਇਆਂ ਨੂੰ ਗੁਰਪ੍ਰੀਤ ਸਿੰਘ ਜੀ ਸਵਾਗਤ ਹੈ ਤੁਹਾਡਾ ਬਹੁਤ ਸ਼ੁਕਰੀਆ ਗੁਰੂਦਰ ਸਿੰਘ ਜੀ ਮੰਚ ਮੁਈਆ ਕਰਨ ਲਈ ਧੰਨਵਾਦ ਧੰਨਵਾਦ ਜੀ ਜਦੋਂ ਅਸੀਂ ਦੇਖਦੇ ਹਾਂ ਕਿ 5 ਸਤੰਬਰ ਦਾ ਦਿਨ ਕੈਨੇਡਾ ਦੇ ਇਤਿਹਾਸ ਚ ਨਹੀਂ ਸਾਡੇ ਕੋਲ ਸੰਘਰਸ਼ ਦੇ ਵਿੱਚ ਇੱਕ ਮਹਾਨ ਦਿਨ ਹੈ ਜਦੋਂ ਭਾਈ ਭਾਗ ਸਿੰਘ ਜੀ ਭਾਈ ਵਤਨ ਸਿੰਘ ਜੀ ਇਹਨਾਂ ਦੀ ਸ਼ਹੀਦੀ ਹੋਈ ਜਾਂ ਉਸ ਸਮੇਂ ਜਿਹੜੀਆਂ ਘਟਨਾਵਾਂ ਹੋਈਆਂ ਉਹ ਇੱਕ ਬਹੁਤ ਸਾਰੇ ਨਵੇਂ ਆ ਰਹੇ ਇਮੀਗ੍ਰੈਂਟ ਉਹਨਾਂ ਨੂੰ ਸ਼ਾਇਦ ਇਹਨਾਂ ਗੱਲਾਂ ਦਾ ਪਤਾ ਨਹੀਂ ਸ਼ਾਇਦ ਇਹ ਵੀ ਨਹੀਂ ਪਤਾ ਉਹਨਾਂ ਨੂੰ ਕਿ ਕੈਨੇਡਾ ਦੇ ਵਿੱਚ ਜਿਹੜੀ ਲਹਿਰ ਚੱਲੀ ਹੈ ਗਦਰ ਦੀ ਉਹਨਾਂ ਦੇ ਵਿੱਚ ਆ ਐਕਚੁਅਲ ਜਿਹੜੇ ਮੋਢੀ ਕੌਣ ਸਨ ਤੇ ਕਿੰਨਾ ਉਹਨਾਂ ਨੇ ਦੁੱਖ ਝੱਲਿਆ ਕਿੰਨੇ ਉਹਨਾਂ ਦੇ ਸ਼ਹੀਦیاں ਸੰਘਰਸ਼ ਕਿੰਨੇ ਵੱਡੇ ਪੱਦਰ ਦੇ ਸਨ ਸੋ ਇਹ ਇੱਕ ਬੜੀ ਵੱਡੀ ਗੱਲ ਹੈ ਕਿ ਉਹਦੇ ਪ੍ਰਤੀ ਗਿਆਨ ਨਾ ਹੋਣਾ ਅਤੇ ਉਸ ਦੇ ਪ੍ਰਤੀ ਦਿਲਚਸਪੀ ਨਾ ਹੋਣੀ ਸੋ ਚਾਹੀਦਾ ਇਹ ਹੈ ਕਿ ਉਹਨਾਂ ਦੇ ਬਾਰੇ ਗਿਆਨ ਹਾਸਲ ਕੀਤਾ ਜਾਏ ਸੋ ਅੱਜ ਇਸ ਦਿਹਾੜੇ ਦੇ ਮੌਕੇ ਤੇ ਅਸੀਂ ਚਾਹਾਂਗੇ ਕਿ ਉਹ ਸਾਰੀਆਂ ਜਿਹੜੀਆਂ ਇਤਿਹਾਸਕ ਪਰਤਾਂ ਇੱਕ ਇੱਕ ਕਰਕੇ ਖੋਲਹੀਏ ਤੇ ਆਪਣੇ ਦਰਸ਼ਕਾਂ ਨਾਲ ਸਾਂਝੀਆਂ ਕਰੀਏ। ਬਿਲਕੁਲ ਗੁਰਿੰਦਰ ਸਿੰਘ ਜੀ ਗੱਲ ਅਸਾਂ ਕਿ ਜਿਹੜੇ ਭਾਈ ਭਗਤ ਸਿੰਘ ਤੇ ਭਾਈ ਵਦਨ ਸਿੰਘ ਜਿਨ੍ਹਾਂ ਨੂੰ ਸ਼ਹੀਦ ਕੀਤਾ ਗਿਆ ਜੀ ਥੋੜਾ ਜਿਹਾ ਇਸ ਦੇ ਬਾਰੇ ਆਪਾਂ ਗੱਲ ਕਰ ਲਈ ਕਿ ਇਹ ਉਹ ਸਿਗੇ ਸਾਡੇ ਬਜ਼ੁਰਗ ਜਿਹੜੇ ਇੱਥੇ ਆਪਣੀ ਜ਼ਿੰਦਗੀ ਸੁਧਾਰਨ ਲਈ ਆਏ ਸੀ। ਜੀ ਬਰਤਾਨਵੀਂ ਦੇ ਦਰਜਾ ਸੀਗਾ ਮਦਵਰਗੀ ਕਿਸਾਨੀ ਕਾਫੀ ਜ਼ਿਆਦਾ ਨਬੀੜੀ ਜਾ ਰਹੀ ਸੀ। ਬਹੁਤੇ ਹਾਲਾਤ ਸਾਜਗਰਨੇ ਸੀ ਉਦੋਂ। ਕਈਆਂ ਨੇ ਫੌਜ ਚ ਨੌਕਰੀਆਂ ਕੀਤੀਆਂ। ਸੋ ਇੱਕ ਦੌਰ ਆਇਆ ਜਦੋਂ ਉਹਨਾਂ ਨੇ ਕੈਨੇਡਾ ਵਰ ਨੂੰ ਵਹੀਰਾ ਕਰੀਆਂ। ਸੋ ਇਹ ਭਗਤ ਸਿੰਘ ਜਾਂ ਇਹਨਾਂ ਦੇ ਸਮਕਾਲੀ ਮੀਵਾ ਸਿੰਘ ਇਹ ਸਾਰੇ ਉਸ ਉਸ ਦੌਰ ਚ ਅੱਥੇ ਆਣੇ ਸ਼ੁਰੂ ਹੋਏ ਜੀ ਇੱਥੇ ਆ ਕੇ ਉਹਨਾਂ ਨੇ ਨਸਲਵਾਦ ਹੰਡਾਇਆ ਨਸਲੀ ਸੋਚ ਕਾਫੀ ਭਾਰੂ ਸੀ ਭਾਰਤੀਆਂ ਨੂੰ ਆਪਣੇ ਪਰਿਵਾਰ ਲਿਆਉਣ ਦੀ ਆਗਿਆ ਨਹੀਂ ਸੀ ਇੱਥੇ ਔਰ ਇੱਥੋਂ ਤੱਕ ਕਿ ਵੋਟ ਪਾਉਣ ਦਾ ਹੱਕ ਵੀ ਖੋਲਿਆ ਗਿਆ ਸੀਗਾ ਔਰ ਫਿਰ 1907 ਵਿੱਚ ਜਿਸ ਸਾਲ ਦਾ ਵੋਟ ਪਾਉਣ ਦਾ ਹੱਕ ਹੋਇਆ ਗਿਆ ਉਸੇ ਸਾਲ ਬਹੁਤ ਜ਼ਬਰਦਸਤ ਦੰਗੇ ਵੀ ਹੋਏ ਸੀ ਜੀ ਉਸ ਵੇਲੇ ਸਿੱਖਾਂ ਦੇ ਖਿਲਾਫ ਏਸ਼ੀਆਈ ਲੋਕਾਂ ਦੇ ਖਿਲਾਫ ਸੋ ਇਹਨਾਂ ਹਕੀਕਤਾਂ ਨੂੰ ਵੇਖਦਿਆਂ ਹੋਇਆਂ ਲੋੜ ਬਸੂਸ ਹੋਈ ਕਿ ਕਿਸੇ ਨਾ ਕਿਸ ਤਰੀਕੇ ਨਾਲ ਆਰਗੇਨਾਈਜ਼ ਹੋਇਆ ਜਾਵੇ ਕੁਝ ਕੀਤਾ ਜਾਵੇ ਇੱਕ ਤਾਂ ਗੱਲ ਸੀ ਕਿ ਭਾਰਤ ਗੁਲਾਮ ਸੀਗਾ ਜੀ ਜਾਪਾਨੀਆਂ ਨਾਲ ਜਦੋਂ ਤੱਕਾ ਹੁੰਦਾ ਸੀ ਜਾਪਾਨ ਦੀ ਸਰਕਾਰ ਆ ਕੇ ਉਹਨਾਂ ਦੇ ਪਿੱਠ ਤੇ ਖੜਦੀ ਸੀ ਪਰ ਜਦੋਂ ਭਾਰਤੀਆਂ ਨਾਲ ਕੋਈ ਤੱਕਾ ਹੁੰਦਾ ਸੀਗਾ ਤੇ ਉਸ ਵੇਲੇ ਜਿਹੜੇ ਬਰਤਾਨਵੀ ਸੀਗੇ ਭਾਰਤੀਆਂ ਦੀ ਸਾਰ ਨਹੀਂ ਸੀ ਲੰਦੇ ਹਮ ਉਹਨਾਂ ਨੂੰ ਮਹਿਸੂਸ ਹੋਇਆ ਕਿ ਆਜ਼ਾਦੀ ਲਏ ਬਿਨਾਂ ਸਾਡੀ ਖਲਾਸੀ ਨਹੀਂ ਹੋਣੀ ਹਮ ਕੁਝ ਜਿਹੜੇ ਉੱਥੋਂ ਬਜ਼ੁਰਗ ਸਾਡੇ ਆਏ ਜਿਨ੍ਹਾਂ ਤੋਂ ਪਹਿਲਾਂ ਹੀ ਜੀ ਦੀ ਸਿੱਖੀ ਦੀ ਵੀ ਸੇਧ ਸੀ ਜਿਨ੍ਹਾਂ ਦੇ ਕੋਲ ਜਾ ਉਥੋਂ ਦੇ ਹਾਲਾਤ ਉਹ ਜਾਣੂ ਸੀਗੇ ਪਗੜੀ ਸੰਭਾਲ ਦਿੱਤਾ ਲਹਿਰ ਤੋਂ ਪ੍ਰਵਾਹ ਸੀ ਉਹਨਾਂ ਨੇ ਵੀ ਮਹਿਸੂਸ ਕੀਤਾ ਕਿ ਆਜ਼ਾਦੀ ਤੇ ਸਾਨੂੰ ਚਾਹੀਦੀ ਹੈ ਸੋ ਉਹਨਾਂ ਦਾ ਜਦੋਂ ਆਪਸ ਵਿੱਚ ਉਹਨਾਂ ਦਾ ਵਾਰਤਾਲਾਪ ਹੋਇਆ ਤੇ ਇੱਕ ਜ਼ਮੀਨ ਤਿਆਰ ਹੋਈ ਕਿ ਕਿਵੇਂ ਨਾ ਕਿਵੇਂ ਇੱਥੇ ਆਰਗੇਨਾਈਜ਼ ਹੋਇਆ ਜਾਵੇ ਇੱਥੇ ਦੋ ਤਰੀ ਲੜਾਈ ਚੱਲੀ ਨਸਲਵਾਦ ਦੇ ਖਿਲਾਫ ਇੱਥੇ ਤੇ ਭਾਰਤ ਵਿੱਚ ਬ੍ਰਿਟਾਨਵੀ ਜਿਹੜਾ ਕਬਜ਼ਾ ਉਸ ਦੇ ਖਿਲਾਫ ਸੋ ਉਹਨਾਂ ਨੇ ਇੱਕ ਦੌਰ ਜਿਹੜਾ ਬਣਿਆ ਜਦੋਂ ਗਦਰ ਪਾਰਟੀ 1913 ਚ ਬਣੀ ਪਰ ਉਸ ਤੋਂ ਪਹਿਲਾਂ ਖਾਲਸਾ ਦਿਵਾਨ ਸੁਸਾਇਟੀ ਦੀ ਸਥਾਪਨਾ ਵੈਨਕੂਵਰ 'ਚ ਹੋਈ ਆ ਕਿਉਂਕਿ ਜਿਹੜਾ BC ਬ੍ਰਿਟਿਸ਼ ਕਲੋਨੀ ਸੀਗੀ ਇੱਥੇ ਸਿੱਧੇ ਤੌਰ ਤੇ ਗਦਰ ਪਾਰਟੀ ਨਹੀਂ ਸੀ ਬਣ ਸਕਦੀ ਬਣੀ ਫਿਰ 1913 'ਚ ਉੱਥੇ ਪਰ ਉਸ ਦੇ ਦੀ ਜ਼ਮੀਨ ਪਹਿਲਾਂ ਤਿਆਰ ਹੋਈ ਵੈਨਕੂਵਰ ਦੀ ਧਰਤੀ ਤੇ ਸੋ ਗਦਰ ਪਾਰਟੀ ਤੋਂ ਬਣੀ ਐ ਅਖਬਾਰ ਸ਼ੁਰੂ ਹੋਇਆ ਗਦਰ ਪਾਰਟੀ ਦਾ ਉਸ ਦੀ ਮਕਬੂਲੀਅਤ ਇੱਥੇ ਬਹੁਤ ਜ਼ਿਆਦਾ ਸੀ ਬਹੁਤ ਸਾਰੇ ਇੱਥੇ ਗਦਰੀ ਫਿਰ ਬਣੇ ਤਿਆਰ ਹੋਏ ਜਿਨ੍ਹਾਂ ਵਿੱਚ ਭਾਈ ਭਗ ਸਿੰਘ ਵਰਗੇ ਲੋਕ ਮੋਰਨੀ ਕਤਾਰ ਦੇ ਆਗੂ ਕਹੇ ਜਾ ਸਕਦੇ ਸੋ ਉਹਨਾਂ ਨੇ ਬੜੀਆਂ ਅਹਿਮ ਲੜਾਈਆਂ ਲੜੀਆਂ ਇਕ ਤਾਂ ਵਖੋ ਉਹਨਾਂ ਨੇ ਪ੍ਰੇਰਿਆ ਇਹਨਾਂ ਲੋਕਾਂ ਨੂੰ ਜਿਹੜੇ ਆਪਣੇ ਨਾਲ ਦੇ ਸਾਬਕਾ ਫੌਜੀ ਸੀਗੇ ਕਿ ਅਸੀਂ ਆਪਣੀ ਮੈਡਲਾਂ ਦੀ ਵਰਦੀਆਂ ਦੀ ਲੋੜੀ ਫੁਕੀਏ ਹੂੰ ਬਰਤਾਨਵੀ ਹਕੂਮਤ ਨੂੰ ਤਲਾਣ ਨਹੀਂ ਦੇ ਦਈਏ ਅਸੀਂ ਸਾਡਾ ਤੁਹਾਡਾ ਕੋਈ ਨਾਤਾ ਨਹੀਂ ਹੈਗਾ ਹੂੰ ਫਿਰ ਜਦੋਂ ਕਿੰਗ ਜਾਰਜ ਪੰਜਮ ਨੇ ਇੱਥੇ ਆਉਣਾ ਸੀਗਾ ਉਸ ਦਾ ਬਾਇਕਾਟ ਕੀਤਾ ਗਿਆ ਜੀ ਫਿਰ ਟਬਰਾਨੋ ਲਿਆਉਣ ਲਈ ਜਿਹੜਾ ਕੋਹਲ ਚਲਿਆ ਉਸ ਵਿੱਚ ਵੀ ਇਹ ਲੋਕ ਮੂਰੇ ਸੀਗੇ ਹੌਂਡਰਸ ਉਹਨਾਂ ਨੂੰ ਕੱਢਣ ਦੀਆਂ ਸਾਜ ਸੰਗ ਉਹਦੀਆਂ ਜਾ ਰਹੀ ਸੀ ਉਸ ਦੇ ਖਿਲਾਫ ਵੀ ਖੜੇ ਹੋਏ ਇਹ ਸਾਰਾ ਕੁਝ ਚੱਲਦਾ ਰਿਹਾ ਸਿਲਸਿਲੇਬਾਅ ਅਖੀਰ ਜੇ ਉਸ ਦੇ ਮੱਦੇ ਨਜ਼ਰ ਜਿਹੜੀ ਘਟਨਾ ਵਾਪਰੀ ਉਹ ਸੀ ਵੱਡੀ ਕਾਮਾਗਾਟਾ ਮਾਰੂ ਦੀ ਘਟਨਾ ਕਿਸੇ ਦੇ ਸਵਰਥ ਦਾ ਕਾਨੂੰਨ ਕਰਕੇ ਹੀ ਇੱਥੇ ਜਿਹੜੇ ਭਾਰਤੀ ਲੋਕ ਆ ਸਕਦੇ ਜੀ ਉਸ ਦੇ ਤਹਿਤ ਉਹ ਜਹਾਜ਼ ਨੂੰ ਇੱਥੋਂ ਮੋੜਿਆ ਗਿਆ ਉਸ ਦੌਰਾਨ ਵੀ ਘੋਲ ਚੱਲਿਆ ਜੀ ਕਿ ਇਹਨਾਂ ਮੁਸਾਫਰਾਂ ਨੂੰ ਰੱਖਿਆ ਜਾਵੇ ਭਾਈ ਪਾਕ ਸਿੰਘ ਉਹਦੇ ਵੀ ਮੂਰੇ ਸੀਗੇ ਭਾਈ ਪਾਕ ਸਿੰਘ ਦੀ ਗੱਲ ਹੈ ਸੀ ਕਿ ਉਹ ਸਮਾਜਵਾਦੀ ਵੀ ਸੀਗੇ ਸਿੱਖੀ ਰੰਗ ਚ ਵੀ ਰੰਗੇ ਗਏ ਸੀ ਔਰ ਗੁਰਦੁਆਰੇ ਦੇ ਪ੍ਰਧਾਨ ਵੀ ਸੀਗੇ ਹਾਂਜੀ ਸਾਰਾ ਕੁਝ ਸੀਗਾ ਉਹਨਾਂ ਦਾ ਔਰ ਭਾਈ ਬਦਨ ਸਿੰਘ ਵੀ ਉਹਨਾਂ ਦੇ ਸਾਥੀਆਂ ਵਿੱਚੋਂ ਇੱਕ ਸੀਗੇ ਸੋ ਹੋਇਆ ਇਦਾਂ ਜਿਹੜਾ ਕਾਮਾ ਕਾਟਾ ਮਾਰੂ ਦਕਾਨ ਜਿਹੜਾ ਕਿ 23 ਜੁਲਾਈ 1914 ਨੂੰ ਹੋਇਆ ਹਾਂਜੀ ਜਦੋਂ ਇਹ ਜਹਾਜ਼ ਨੂੰ ਮੋੜਿਆ ਗਿਆ ਜ਼ਬਰਦਸਤੀ ਜਿਹਦੇ ਲਈ ਹੁਣ ਕਰਨਾ ਸਰਕਾਰ ਮਾਫੀ ਮੰਗਦੀ ਫਿਰਦੀ ਹੈ ਉਸ ਤੋਂ ਬਾਅਦ ਇੱਕ ਭਾਈਚਾਰੇ ਵਿੱਚ ਕੁੜਤਣ ਵਾਲਾ ਮਾਹੌਲ ਪੈਦਾ ਹੋਇਆ ਭਾਈਚਾਰਾ ਦੋ ਕੈਂਪਾਂ ਵਿੱਚ ਵੰਡਿਆ ਹੋਇਆ ਸੀ ਜੀ ਇੱਕ ਕੈਂਪ ਸੀਗਾ ਜਿਹਨੂੰ ਇਮੀਗ੍ਰੇਸ਼ਨ ਤੜਾ ਕਿਹਾ ਜਾਂਦਾ ਸਿੱਧੇ ਤੌਰ ਤੇ ਕਿਹਾ ਜਾਵੇ ਟਾਊਟਰ ਦਾ ਤੜਾ ਸੀ ਹਮ ਵਿਲੀਅਮ ਹੌਪਕਿੰਸਨ ਦੇ ਅਥਾਨ ਚ ਖੜਨ ਵਾਲਾ ਜੀ ਜੀ ਜਿਹੜਾ ਵਿਵਾਦਗ੍ਰਸ ਇਮੀਗ੍ਰੇਸ਼ਨ ਇੰਸਪੈਕਟਰ ਸੀ ਉਸ ਦਾ ਚੜ੍ਹਿਆ ਹੋਇਆ ਬੇਲਾ ਸਿੰਘ ਉਸ ਲਈ ਜਿਹੜੀ ਲੜਾਈ ਚੱਲੀ ਕੁਝ ਕਤਲੋਗਾਰਥ ਹੋਈ ਜੀ ਉਸ ਦਿਨ ਗੁਰਦੁਆਰੇ ਵਿੱਚ ਜਾ ਕੇ ਜਿਹੜੇ ਭਾਈ ਭਾਗ ਸਿੰਘ ਗ੍ਰੰਥ ਸਾਹਿਬ ਦੀ ਤਾਬੇ 'ਤੇ ਬੈਠੇ ਸੀਗੇ ਉਹਨਾਂ ਦੇ ਗੋਲੀਆਂ ਮਾਰੀਆਂ ਨਾਲ ਦੀ ਨਾਲ ਬਦਨ ਸਿੰਘ ਵਿੱਚੋਂ ਦਖਲ ਦੇਣ ਲਈ ਉਠਿਆ ਉਸ ਨੂੰ ਵੀ ਮਾਰਿਆ ਗਿਆ ਜੀ ਦੋਨਾਂ ਦੇ ਦੋਨਾਂ ਦੀਆਂ ਮੌਤਾਂ ਹੋਈਆਂ ਦੋਨੇ ਸ਼ਹੀਦ ਹੋ ਗਏ ਉਸ ਤੋਂ ਬਾਅਦ ਭਾਈ ਮੇਵਾ ਸਿੰਘ ਨੇ ਇਸ ਜਿਹੜਾ ਦਰਬਾਰ ਸਾਹਿਬ ਗੁਰਦੁਆਰੇ 'ਚ ਜੋ ਕੁਝ ਬੇਹੁਰਮਤੀ ਹੋਈ ਹੈ ਹੂੰ ਉਸ ਨੇ ਝੰਡਾ ਉਧਰ ਗਰਾਜ਼ਤਾ ਮੇਵਾ ਸਿੰਘ ਨੂੰ ਉਹ ਵੀ ਹੁਣ ਗੁੜੀ ਆਸਥਾ ਵਾਲੇ ਸਿੱਖ ਸੀਗੇ ਬਿਲਕੁਲ ਉਹ ਉਹਨਾਂ ਨੂੰ ਕਿੱਥੇ ਜਰਿਆ ਜਾਣਾ ਸੀਗਾ ਬੇਲਾ ਸਿੰਘ ਦੇ ਖਿਲਾਫ ਮੁਕੱਦਮਾ ਚੱਲ ਰਿਹਾ ਸੀ ਹੌਪਕਿੰਸਨ ਗਵਾਇਆ ਦਿੰਦਾ ਫਰਜ਼ ਸੀ ਉਹਦੇ ਹੱਕ 'ਚ ਫਿਰ ਉਸਤੇ ਮੌਕਾ ਤਾੜ ਕੇ ਮੀਵਾ ਸਿੰਘ ਨੇ ਜਿਹੜੀ ਕਚਹਿਰੀ ਦੇ ਵਿੱਚ ਜਾ ਕੇ ਜਿਹੜੀ ਹੋਂ ਦੀ ਆਰਟ ਗੈਲਰੀ ਹੈ ਉੱਥੇ ਹੌਪਕਿੰਸਨ ਨੂੰ ਸੋਧਾ ਲਾਇਆ ਔਰ ਭੱਜਿਆ ਨਹੀਂ ਮੌਕੇ ਤੋਂ ਉੱਥੇ ਖਲੋਤਾ ਰਿਹਾ ਜੀ ਆਓ ਮੈਨੂੰ ਗ੍ਰਫਤਾਰ ਕਰੋ ਮੈਨੂੰ ਲੈ ਕੇ ਜਾਓ ਅਖੀਰ ਜੋ ਹੱਸਦੇ ਹੱਸਦੇ ਫਾਂਸੀ ਚੜ੍ਹਿਆ ਸ਼ਬਦ ਉਚਾਰਨ ਕਰਦਾ ਹੋਇਆ ਬਿਲਕੁਲ ਸੋ ਇਹ ਸੰਖੇਪ ਕਹਾਣੀ ਹੈ ਸਾਰੀ ਜਿਹੜੀ ਸਮਝਣ ਵਾਲੀ ਹੈ ਸੋ ਭਾਈ ਭਾਗ ਸਿੰਘ ਦੀ ਜਿਹੜੀ ਇਸ਼ਹਾਦਤ ਹੈ ਬਹੁਤ ਵੱਡੀ ਹੈ ਭਾਈ ਭਾਗ ਸਿੰਘ ਦੀ ਬਦਲ ਸਿੰਘ ਦੀ ਸ਼ਹਾਦਤਾਂ ਨਾ ਹੋਈਆਂ ਹੁੰਦੀਆਂ ਤਾਂ ਮੇਵਾ ਸਿੰਘ ਨੂੰ ਹੌਪਕਿੰਸ ਨੂੰ ਕਤਲ ਨਹੀਂ ਸੀ ਕਰਨਾ ਪੈਣਾ ਤੇ ਨਾ ਮੇਵਾ ਸਿੰਘ ਨੂੰ ਫਾਂਸੀ ਚੜਨਾ ਪੈਣਾ ਸੀ ਜੀ ਜਿਹੜੀ ਵਰਨਣ ਜੋ ਗੱਲ ਮੈਂ ਕਹਿਣੀ ਚਾਹੁੰਦਾ ਜ਼ੋਰ ਦੇ ਕੇ ਕਿ ਉਸ ਵੇਲੇ ਦੇ ਸਾਨਾ ਖਬਰ ਨੇ ਜਿਹੜੀ ਮੁੱਖ ਸੁਰਖੀ ਲਾਈ ਹੌਪਕਿੰਸ ਨੂੰ ਸੋਦੇ ਜਾਣ ਤੋਂ ਬਾਅਦ ਉਸ ਵਿੱਚ ਕਿਹਾ ਗਿਆ ਕਿ ਕਾਮਾਗਾਟਾ ਮਾਰੂ ਦਾ ਇਹ ਪੰਜਵਾਂ ਵਿਕਟਿਮ ਸੀ ਜੇ ਨਹੀਂ ਕਾਮਾਗਾਟਾ ਮਾਰੂ ਕਾਰਨ ਨਾ ਹੋਇਆ ਹੁੰਦਾ ਤੇ ਹੌਪਕਿੰਸ ਨੂੰ ਕਤਲ ਨਹੀਂ ਸੀ ਹੋਣਾ ਇਸ ਗੱਲ ਨੂੰ ਸਥਾਪਿਤ ਵੀ ਸਵੀਕਾਰ ਕਰ ਰਹੀ ਹੈ ਹੂੰ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਹੈ ਸੋ ਅੱਜ ਮੈਂ ਸਮਝਦਾ ਕਿ ਅਸੀਂ ਬਹੁਤ ਵਧੀਆ ਗੱਲ ਤੁਸੀਂ ਕਰ ਰਹੇ ਹੋ ਕਿ ਉਹਨਾਂ ਸ਼ਹੀਦਾਂ ਨੂੰ ਯਾਦ ਕਰ ਰਹੇ ਹੋ ਜੀ ਜਿਨ੍ਹਾਂ ਬਾਰੇ ਗੱਲਬਾਤ ਵੱਧ ਤੋਂ ਵੱਧ ਹੋਣੀ ਚਾਹੀਦੀ ਹੈ ਆਖਰ ਜਿਹੜੇ ਜਿਹੜੇ ਹੱਕ ਮੰਨ ਰਹੇ ਆ ਇੱਥੇ ਉਹਨਾਂ ਲੋਕਾਂ ਦੀ ਕੁਰਬਾਨੀਆਂ ਦੀ ਬਦੌਲਤ ਹੁਣ ਇਹ ਸਾਰੇ ਇਤਿਹਾਸ ਨੂੰ ਤੁਸੀਂ ਬੜਾ ਸੰਖੇਪ ਵਿੱਚ ਬੜੇ ਮਹੱਤਵਪੂਰਨ ਨੁਕਤੇ ਤੇ ਸਾਂਝਾ ਕੀਤਾ ਇੱਕ ਇੱਕ ਕਰਕੇ ਇਹਨਾਂ ਦੇ ਵਿੱਚੋਂ ਕੁਝ ਨੁਕਤੇ ਅਸੀਂ ਸਾਂਝੇ ਕਰਦੇ ਹਾਂ ਪਹਿਲੀ ਗੱਲ ਤਾਂ ਇਹ ਕਿ ਜਿਹੜੀ ਖਾਲਸਾ ਦਵਨ ਸੁਸਾਇਟੀ ਦਾ ਗੁਰਦੁਆਰਾ ਜੋ ਸੈਕਿੰਡ ਐਵੇਨਿਊ ਤੇ ਜਿੱਥੇ ਉਹ ਸਾਰੇ ਆ ਗਿਆ ਸੀ ਉਹ ਗੁਰਦੁਆਰੇ ਦੇ ਵਿੱਚ ਹੀ ਭਾਈ ਭਾਗ ਸਿੰਘ ਜੀ ਤੇ ਭਾਈ ਬਦਨ ਸਿੰਘ ਜੀ ਦੀ ਸ਼ਹਾਦਤ ਹੋਈ ਬਾਕੀ ਜ਼ਖਮੀ ਹੋਏ ਜਦੋਂ ਬੇਲਾ ਜਾਨ ਨੇ ਉਸ ਵੇਲੇ ਗੋਲੀਆਂ ਚਲਾਈਆਂ ਅਦਾਜ਼ ਦੇ ਸਮੇਂ ਤੇ ਉੱਥੇ ਚੌਰ ਸਾਹਿਬ ਦੀ ਸੇਵਾ ਜਿਹੜੇ ਜਿਸ ਤਰੀਕੇ ਨਾਲ ਭਾਈ ਬਲਵੰਤ ਸਿੰਘ ਜੀ ਖੁਰਦਪੁਰ ਪੀ ਮੌਜੂਦ ਸਨ ਕਰ ਰਹੇ ਸਨ ਉਹਨਾਂ ਨੂੰ ਵੀ ਨਿਸ਼ਾਨਾ ਬਣਾਇਆ ਜਾਣਾ ਸੀ ਪਰ ਕਿਉਂਕਿ ਉਸ ਸਮੇਂ ਦਲੇਰ ਸਿੰਘ ਵਾਲਾ ਦੇ ਭਾਈ ਬਤਨ ਸਿੰਘ ਨੇ ਇੱਕੋ ਦਮ ਉਹਨੂੰ ਜਫੇਚ ਲਪੇਟ ਲਿਆ ਤੇ ਤੁਹਾਨੂੰ ਫੜ ਲਿਆ ਉਸ ਵੇਲੇ ਉਹਨੇ ਆਪਣਾ ਜਿਹੜਾ ਰਿਵਾਲਵਰ ਸੀ ਭਾਈ ਸਾਵਲ ਸਿਹਦਰ ਕਰ ਦਿੱਤਾ ਸੋ ਇਹ ਉਹ ਥਾਂ ਤੇ ਇਹ ਸਾਰਾ ਕੁਝ ਵਾਪਰਿਆ ਉਹ ਜਗਾ ਸਾਡੀ ਵਿਰਾਸਤ ਸੀ ਸਾਡਾ ਬੜਾ ਵੱਡਾ ਅਸਥਾਨ ਸੀ ਅੱਜ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ ਸਾਰਿਆਂ ਦੇ ਧਿਆਨ ਚ ਹੋਣਾ ਕਿ ਕਿਤੇ ਉਸ ਜਗਾ ਤੇ ਚਰਨ ਛੂਹ ਜੜੀ ਆ ਮਿਲ ਜਾਏ ਉਸ ਜਗਾ ਦੀ ਜੜੀ ਧੂੜ ਮਿਲ ਜਾਏ ਕਿ ਅਸੀਂ ਉਸ ਥਾਂ ਤੇ ਖੜ ਕੇ ਮਹਿਸੂਸ ਕਰੀਏ ਕਿ ਇੱਥੇ ਸ਼ਹਾਦਤ ਹੋਈ ਸੀ ਇੱਥੇ ਭਾਗ ਸਿੰਘ ਬਦਨ ਸਿੰਘ ਮੇਵਾ ਸਿੰਘ ਪਲਵਨ ਸਿੰਘ ਜੀ ਇੱਥੇ ਖੜੇ ਸਨ ਰੂਹ ਝੰਜੋੜੀ ਜਾਂਦੀ ਹੈ ਪਰ ਅਫਸੋਸ ਹੈ ਕਿ ਉਹ ਜਗ੍ਹਾ ਜਿਹੜੀ ਹੈ ਅੱਜ ਸਾਡੇ ਕੋਲ ਨਹੀਂ ਹੈ ਉਹ ਜਗ੍ਹਾ ਵੇਚ ਦਿੱਤੀ ਗਈ ਹੈ ਉਹ ਜਗ੍ਹਾ ਦਾ ਜਿਹੜਾ ਸੌਦਾ ਕਰ ਲਿਆ ਗਿਆ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਬਹੁਤ ਵੱਡਾ ਦੁਕਾਨ ਦਾ ਬਹੁਤ ਇੱਕ ਦਿਵਾਲੀਆਪਨ ਤੋਂ ਇਲਾਵਾ ਜਿਹੜੀ ਬੇਈਮਾਨੀ ਵੀ ਮੈਂ ਕਹੂੰਗਾ ਜੀ ਕਿ ਅੱਡੀ ਇਤਿਹਾਸਿਕ ਥਾਂ ਹੋਵੇ ਤੁਹਾਡੇ ਹੱਥੋਂ ਕਿਵੇਂ ਖੁੱਸ ਗਈ ਇਸ ਤੋਂ ਪਤਾ ਲੱਗਦਾ ਤੁਸੀਂ ਕਿੰਨਾ ਪਿਆਰ ਕਰਦੇ ਹੋ ਆਪਣੇ ਵਿਰਸੇ ਨੂੰ ਆਪਣੀ ਵਿਰਾਸਤ ਨੂੰ ਚਲੋ ਖੈਰ ਜੋ ਹੋਇਆ ਉਸ ਤੋਂ ਅਸੀਂ ਮੁੜ ਕੇ ਤੇ ਲੈ ਕੇ ਨਹੀਂ ਆ ਸਕਦੇ ਜਿਹੜੀ ਚੰਗੀ ਗੱਲ ਇਹ ਹੋਈ ਹੈ ਕਿ ਨਵੀਨ ਗਿਰਨ ਵਰਗਾ ਇੱਕ ਹੋਨਕਾਰ ਨੌਜਵਾਨ ਉਸਨੇ ਕੋਸ਼ਿਸ਼ ਕੀਤੀ ਹੋਰ ਨੌਜਵਾਨਾਂ ਨੂੰ ਸੁਨਾ ਲੱਗੇ ਉਹਨਾਂ ਨੇ ਉਸ ਥਾਂ ਦੀ شناخت ਕੀਤੀ ਜਿੱਥੇ ਗੁਰਦੁਆਰਾ ਹੈ ਸੀ ਵੈਸਟ ਸੈਕਿੰਡ ਐਵੇਨਿਊ ਤੇ ਹਾਂਜੀ ਤੇ ਬਰਾਡ ਸਟਰੀਟ ਦੇ ਕੋਲ ਬਰਾਡ ਸਟਰੀਟ ਉੱਥੇ ਜਿੱਥੇ ਉਹ ਅਪਾਰਟਮੈਂਟ ਬਣੇ ਹੋਏ ਨੇ ਜਿੱਥੇ ਉਹ ਗੁਰਦੁਆਰਾ ਹੁੰਦਾ ਸੀ ਕਿਸੇ ਵੇਲੇ ਹਮ ਉੱਥੇ ਉਹਨਾਂ ਨੇ ਇੱਕ ਬਕਾਇਦਾ ਬਲੈਕ ਲਾਇਆ ਵੱਡਾ ਸਾਰਾ ਜਿੱਤੇ ਨਿਸ਼ਾਨ ਰਹੀ ਕੀਤੀ ਕਿ ਇਸ ਥਾਂ ਤੇ ਗੁਰਦੁਆਰਾ ਹੁੰਦਾ ਸੀ ਹੂੰ ਹੁਣ ਲੋਕਾਂ ਲਈ ਇੱਕ ਖੇਚੇ ਦਾ ਕੇਂਦਰ ਹੈ ਜਾ ਕੇ ਤੁਸੀਂ ਵੇਖ ਸਕਦੇ ਹੋ ਬੜੇ ਉਤਸ਼ਾਹੀ ਮਾਹੌਲ ਜੁਹਾਦਾ ਉਡਾਟਨ ਹੋਇਆ ਜੀ ਜਿਹੜੀ ਕਾਮਾਂ ਦੀ ਗੱਲ ਉੱਤੇ ਲਿਖੀ ਗਈ ਹੈ ਕਿ ਵੀ ਇਸ ਗੁਰਦੁਆਰੇ ਨੂੰ ਵੇਚਿਆ ਗਿਆ ਸੀ ਹੂੰ ਕਈ ਇਸ ਤੇ ਪਰਦਾ ਪਾਉਂਦੇ ਨੇ ਨਹੀਂ ਜੀ ਕੋਈ ਵੇਚਿਆ ਨਹੀਂ ਸੀ ਗਿਆ ਐ ਹੋ ਗਿਆ ਵਾਹ ਹੋ ਗਿਆ ਪਰ ਇਹ ਭਾਈਚਾਰੇ ਦੀ ਮਤਲਬ ਬਹੁਤ ਵੱਡੀ ਨਲਕੀ ਜਾਂ ਸਿਰੇ ਦੀ ਬੇਈਮਾਨੀ ਸੀ ਕਿ ਇਹ ਜਿਹੜਾ ਹੈ ਗੁਰਦੁਆਰਾ ਤੁਹਾਡੇ ਹੱਥੋਂ ਗਿਆ ਹਾਂ ਅਸੀਂ ਤਾਂ ਉਥੇ ਪੰਜਾਬ ਚ ਫਿਰਦੇ ਫਿਰਦੇ ਕਿ ਜੀ ਕਾਰ ਸੇਵਾ ਵਾਲੇ ਬਾਬੇ ਜਿਹੜੇ ਇਤਿਹਾਸਿਕ ਗੁਰਦੁਆਰਿਆਂ ਤੇ ਸੰਗਮਰਮਰ ਲਾ ਰਹੇ ਨੇ ਠੀਕ ਹੈ ਜੀ ਸਫੇਦ ਪੇਂਟ ਲਾ ਕੇ ਸਾਰਾ ਕੁਝ ਪੋਚਾ ਪਾਚੀ ਹੋ ਰਹੀ ਆ ਤਾਂ ਇੱਥੇ ਕੀ ਹੋਇਆ ਅਸੀਂ ਤਾਂ ਪੜੇ ਲਿਖਿਆ ਦਾ ਮੁੱਲ ਸੀਗਾ ਇੱਥੋਂ ਤਾਂ ਗੋਰਿਆਂ ਦਾ ਇਤਿਹਾਸ ਦੇਖੋ ਕਿਵੇਂ ਉਹ ਸਾਮ-ਸਾਮ ਕੇ ਰੱਖਿਆ ਉਹਨਾਂ ਨੇ ਹਾਂ ਉਹਨਾਂ ਨੇ ਕਿਵੇਂ ਯਾਦ ਨਿਸ਼ਾਨੀਆਂ ਨੂੰ ਸਾਮ-ਸਾਮ ਕੇ ਰੱਖਿਆ ਅਸੀਂ ਤਾਂ ਇਹ ਵੀ ਨਹੀਂ ਸਾਮ ਸਕੇ ਜੀ ਸੋ ਕਈ ਤਾਂ ਕਹਿਣਗੇ ਜੀ ਮੇਵਾਸੀ ਨੂੰ ਜਿਹੜੀ ਥਾਂ ਤੇ ਫਾਂਸੀ ਦਿੱਤੀ ਗਈ ਸੀ ਉਹਨੂੰ ਨਿਸਾਮ ਬਿਆ ਗਿਆ ਉਹ ਭਲੇ ਉਹ ਮਾਨਸ ਤੁਸੀਂ ਤਾਂ ਆਪਣਾ ਗੁਰਦੁਆਰਾ ਨਹੀਂ ਸਾਮ ਸਕੇ ਜੇਲ੍ਹ ਕਿਥੋਂ ਸਾਮ ਲੈਣੇ ਸੀ ਤੁਸੀਂ ਹਾਂ ਕਿਆ ਪਿੰਦੀ ਔਰ ਕਿਆ ਪਿੰਦੀ ਦਾ ਸ਼ੋਰ ਬੰਦ ਸੋ ਇਹੋ ਜੀਆਂ ਬੇਤੁਕੀਆਂ ਜੀਆਂ ਗੱਲਾਂ ਨੇ ਪਰ ਚਲੋ ਜਿਹੜਾ ਇਹਨ ਉਹਨਾਂ ਦੇ ਨਸਨਾ ਕਦੇ ਨੂੰ ਮਾਫ਼ ਨਹੀਂ ਕਰਨ ਗੀਆਂ ਔਰ ਮੈਂ ਖੁਸ਼ ਆ ਕਿ ਟੋਕੜੋ ਕੋ ਪਲੈਕ ਤੇ ਉੱਤੇ ਇਹ ਗੱਲ ਅੰਕਿਤ ਆ ਹਾਂਜੀ ਕਿ ਉਹ ਗੁਰਦੁਆਰਾ ਵੇਚਿਆ ਗਿਆ ਸੀ ਜੇ ਕਿਸੇ ਯਕੀਨ ਨਹੀਂ ਆਉਂਦਾ ਲਾ ਕੇ ਪੜ ਲਵੇ ਉੱਥੇ ਜੀ ਸੋ ਇਹ ਮਤਲਬ ਬਹੁਤ ਵੱਡੀ ਸ਼ਰਮ ਦੀ ਗੱਲ ਸੀ ਇਹ ਵਾਲੀ ਪਰ ਮੈਂ ਇਹ ਕਹੂੰਗਾ ਕਿ ਕੱਲਾ ਇਹ ਨਹੀਂ ਕਿ ਗੁਰਦੁਆਰਾ ਵੇਚਿਆ ਗਿਆ ਨਹੀਂ ਵੇਚਿਆ ਗਿਆ ਉਹਨਾਂ ਦੀ ਸੋਚ ਤੇ ਕਿੰਨਾ ਕਿ ਪੈਰਾ ਦਿੱਤਾ ਜਾ ਰਿਹਾ ਉਸ ਤੇ ਵੀ ਸਾਨੂੰ ਗੱਲ ਕਰਨੀ ਪੈਗੀ ਹਮ ਹੁਣ ਉਸੇ ਨੁਕਤੇ ਤੇ ਦੂਸਰਾ ਪੁਆਇੰਟ ਹੈ ਕਿ ਭਾਈ ਮੀਵਾ ਸਿੰਘ ਭਾਈ ਬਤਨ ਸਿੰਘ ਜਾਂ ਇਹ ਸ਼ੀਰ ਭਾਈ ਭਾਗ ਸਿੰਘ ਜੀ ਪਖੀਵੰਦ ਜਾਂ ਉਹ ਸਾਰੇ ਜਿਨ੍ਹਾਂ ਨੂੰ ਅਸੀਂ ਕੈਨੇਡਾ ਦੀ ਧਰਤੀ ਤੇ ਦੇਖਦੇ ਆ ਕਿ ਗਦਰ ਲਹਿਰ ਦੇ ਅਸਲੀ ਜਿਹੜੇ ਮੋਢੀ ਨੇ ਯੋਧੇ ਨੇ ਉਹਨਾਂ ਦੇ ਬਾਰੇ ਉਹਨਾਂ ਦੇ ਇਤਿਹਾਸ ਬਾਰੇ ਜਦੋਂ ਪੜੀਏ ਤੇ ਉਹਨਾਂ ਦੀ ਸੋਚ ਸੀ ਉਸ ਵੇਲੇ ਦਾ ਜਿਹੜਾ ਨਸਲਵਾਦ ਸੀ ਜਿਵੇਂ ਕਿ ਵੋਟ ਦੇ ਹੱਕ ਦੇ ਲਈ ਉਹਨਾਂ ਨੇ ਸੰਘਰਸ਼ ਕੀਤਾ ਜਿਹੜਾ ਖੋਲਿਆ ਗਿਆ ਸੀ ਕੰਟੀਨਿਊਸ ਜਰਨੀ ਜਿਹੜੀ ਹੈ ਨਿਰੰਤਰ ਸਫ਼ਰ ਦੇ ਵਾਸਤੇ ਜਿਹੜਾ ਕਾਮਾਗਾਟਾ ਮਾਰੂ ਜਹਾਜ਼ ਮੋਡਨ ਦੇ ਵੀ ਜਿਹੜੇ ਉਹ ਤਰੀਕੇ ਜਾਂ ਢੰਗ ਵਰਤੇ ਗਏ ਉਦੇ ਖਿਲਾਫ ਵੀ ਲੜੇ ਪਰਿਵਾਰਾਂ ਨੂੰ ਇੱਥੇ ਕੋਈ ਆਉਣ ਨਹੀਂ ਸੀ ਦਿੰਦਾ ਉਹਨਾਂ ਪਰਿਵਾਰਾਂ ਨੂੰ ਮਗਾਉਣ ਦੇ ਵਾਸਤੇ ਇਹਨਾਂ ਨੇ ਰਾਹ ਬਣਿਆ ਤੇ ਭਾਈ ਭਾਗ ਸਿੰਘ ਜੀ ਤੇ ਭਾਈ ਬਲਵੰਤ ਸਿੰਘ ਜੀ ਖੁਰਦਪੁਰ ਇਹ ਦੋ ਸਨ ਜਿਨ੍ਹਾਂ ਦੇ ਪਹਿਲੇ ਪਰਿਵਾਰ ਜਿਹੜੇ ਮੋਢੀ ਤੌਰ ਤੇ ਇੱਥੇ ਕੈਨੇਡਾ ਆਏ ਤੇ ਉਹਨਾਂ ਨੇ ਇੱਕ ਰਾਹ ਖੋਲ੍ਹਿਆ ਜ਼ਮੀਨ ਤਿਆਰ ਕੀਤੀ ਸੰਸਕਾਰ ਕਰਨ ਵਾਸਤੇ ਕੈਨੇਡਾ ਦੇ ਵਿੱਚ ਕਿਸੇ ਵੀ ਕਿਸਮ ਦਾ ਜਿਹੜਾ ਪ੍ਰੋਵੀਜ਼ਨ ਨਹੀਂ ਸੀ ਤੇ ਉਹਨਾਂ ਨੇ ਉਸ ਵੇਲੇ ਲੁਕ-ਲੁਕ ਕੇ ਜਿਹੜੇ ਆ ਸੰਸਕਾਰ ਕੀਤੇ ਜਾਂਦੇ ਸੀ ਜੋ ਕੋਈ ਵਿਅਕਤੀ ਮ੍ਰਿਤਕ ਹੁੰਦਾ ਸੀ ਤਾਂ ਉਹਨੂੰ ਅਗਨ ਭੇਟ ਜੁਰ ਕਰਨਾ ਹੁੰਦਾ ਸੀ ਪਰ ਇਹਨਾਂ ਨੇ ਉਸ ਦੇ ਵਾਸਤੇ ਵੀ ਇੱਕ ਬਕਾਇਦਾ ਪ੍ਰਬੰਧ ਕਰਾਇਆ ਹੰਡਰਡਸ ਇਥੋਂ ਕੱਢ ਕੇ ਜਿਹੜਾ ਇਥੋਂ ਇਹ ਇਸ ਧਰਤੀ ਤੋਂ ਮੋੜ ਦੇਣਾ ਸੀ ਤਾਂ ਉਸ ਵੇਲੇ ਇਹਨਾਂ ਨੇ ਤੇ ਪ੍ਰੋਫੈਸਰ ਸੰਤ ਤੇਜਾ ਸਿੰਘ ਹੋਰਾਂ ਨੇ ਮਿਲ ਕੇ ਅਗਵਾਈ ਦੇ ਕੇ ਉਸ ਮੌਕੇ ਨੂੰ ਸਾਂਭਿਆ ਤੇ ਅਸੀਂ ਅੱਜ ਇੱਥੇ ਬੈਠੇ ਹਾਂ ਹੁਣ ਇਹ ਦੇਣਾ ਜਿਨ੍ਹਾਂ ਦੇ ਨਾਲ ਉਸ ਵੇਲੇ ਨਸਲਵਾਦ ਦੇ ਖਿਲਾਫ ਲੜੇ ਉਸ ਵੇਲੇ ਰੰਗ ਨਸਲ ਦੀ ਨੀਤੀ ਦੇ ਵਿਰੁੱਧ ਲੜੇ ਅੱਜ ਜਦੋਂ ਅਸੀਂ ਦੇਖਦੇ ਹਾਂ ਕਿ ਉਹ ਖਾਲਸਾ ਦਵਾਨ ਸੋਸਾਇਟੀ ਦੇ ਮੋਢੀ ਜਿਨ੍ਹਾਂ ਨੇ ਇੰਨੀਆਂ ਕੁਰਬਾਨੀਆਂ ਦਿੱਤੀਆਂ ਇਹਨਾਂ ਦੀ ਸ਼ਹਾਦਤ ਸਾਡੇ ਸਾਹਮਣੇ ਹੈ ਅੱਜ ਜਦੋਂ 5 ਸਤੰਬਰ ਨੂੰ ਉਹਨਾਂ ਦੀ ਯਾਦ ਨੂੰ ਮਨ ਦੇ ਵਿੱਚ ਰੱਖ ਕੇ ਵਿਚਾਰਦੇ ਆਂ ਬਿਸ਼ੱਕ ਦਿਨ ਮਨਾਏ ਜਾ ਰਹੇ ਨੇ ਦਿਨਾਂ ਨੂੰ ਮਨਾ ਕੇ ਕੀ ਅਸੀਂ ਉਹ ਮਕਸਦ ਪੂਰਾ ਕਰ ਸਕਦੇ ਆਂ ਜੇ ਸੋਚ ਨੂੰ ਨਹੀਂ ਮਨਾ ਰਹੇ ਸੋਚ ਦਾ ਦੀ ਗੱਲ ਹੋ ਜੀ ਰਹੀ ਗੁਰੂ ਨਰਸਿੰਘ ਜੀ ਗੱਲ ਤਾਂ ਸਿਰਫ ਹੈ ਕਿ ਗੁਰਪੁਰਪ ਜਿਵੇਂ ਮਨਾਉਂਦੇ ਆਂ ਅਸੀਂ ਰਸਮੀ ਤੌਰ ਤੇ ਉਦਾਂ ਹੀ ਇਸ ਤੋਂ ਮਨਾਇਆ ਜਾ ਰਿਹਾ ਹੈ ਜੀ ਅਸੀਂ ਦਾ ਦਿਨ ਸਿੱਧੇ ਦਿਨ ਦਿਹਾੜਿਆਂ ਨੂੰ ਕਹਿਣ ਨੂੰ ਤਾਂ ਖਾਸ ਦੇਵਾ ਸੋਸਾਇਟੀ ਦੇ ਗਵਾਈ ਵਾਲੇ ਗੁਰਦੁਆਰੇ ਦੇ ਵਿੱਚ ਮੇਵਾ ਸਿੰਘ ਦੇ ਨਾਂ ਤੇ ਲੰਗਰ ਹਾਲ ਵੀ ਹੈ ਜੀ ਉਹਦੇ ਪੇਂਟਿੰਗ ਵੀ ਲੱਗੀ ਹੈ ਪਰ ਕੀ ਕਰੀਏ ਉਸ ਪੇਂਟਿੰਗ ਦਾ ਮੇਵਾ ਸਿੰਘ ਹਾਲ ਦ ਲਿਖਿਆ ਹੋਇਆ ਉਹਨੂੰ ਵੇਕੇ ਪਗੜੇ ਪਾਈਏ ਸਾਰਾ ਕੁਝ ਤੇ ਉਹਦੇ ਸੋਚ ਤੋਂ ਬਿਪਰੀਤ ਹੋਤੇ ਹੋ ਰਿਹਾ ਉਸੇ ਗੁਰਦੁਆਰੇ ਵਿੱਚ ਨਰਿੰਦਰ ਮੋਦੀ ਵਰਗਾ ਦਰਿੰਦਾ ਆਉਂਦਾ ਉਹਦਾ ਸਵਾਗਤ ਕੀਤਾ ਜਾਂਦਾ ਰਾਣਾ ਯੂਵਿਕ ਬਹਾਦਰ ਪੱਤਰਕਾਰ ਜਿਹੜੀ ਉਸਤੇ ਪਰਦਾ ਫਾਸ਼ ਕਰਦੀ ਹੈ ਉਸਨੂੰ ਬੋਲਣ ਤੱਕ ਨਹੀਂ ਦਿੱਤਾ ਗਿਆ ਉੱਥੇ ਸੀਏ ਦੇ ਖਿਲਾਫ ਇੱਕ ਮਤਾ ਵੈਂਕੂਵਰ ਦੀ ਸਿਟੀ ਕੌਂਸਲ ਚ ਲਿਆਇਆ ਗਿਆ ਯਾਨੀ ਅਜਿਹਾ ਕਾਨੂੰਨ ਜਿਹੜਾ ਬਿਲਕੁਲ ਕਾਮਾਗਾਟਾ ਮਰੂ ਜਿਸ ਕਾਨੂੰਨ ਤਹਿਤ ਮੋੜਿਆ ਗਿਆ ਉਸ ਦੇ ਵਰਗਾ ਹੀ ਆ ਉਸ ਦੀ ਨਕਲ ਕਰ ਲੋ ਔਰ ਖਾਲਸਾ ਦਿਵਾਨ ਸੁਸਾਇਟੀ ਦਖਲ ਦੇ ਰਹੀ ਕਿ ਇਹ ਮਤਾ ਨਾ ਆਵੇ। ਯਾਨੀ ਸਿੱਧੇ ਤੌਰ ਤੇ ਮੋਦੀ ਸਰਕਾਰ ਦੇ ਨਾਲੇ ਖੜੇ ਆ। ਕਈ ਤਾਂ ਐਵੇਂ ਲੋਡੀਆਂ ਪਾਈਆਂ ਨੇ ਬੜਾ ਜੀ ਇਹਨਾਂ ਨੇ ਵਧੀਆ ਕੰਮ ਕੀਤਾ ਗਰਾਂਸਾਲ ਦੀ ਛਪਾਈ ਰਕਵਾਤੀ ਇਹਨਾਂ ਨੇ ਬੜਾ ਹਾਦ ਨਾਰਾ ਮਾਰਿਆ। ਕੀ ਕਰੀਏ ਹਾਦ ਨਾਰੇ ਨੂੰ? ਸਥਾਪਤੀ ਦੇ ਖਿਲਾਫ ਇੱਕ ਵੀ ਖੜੇ ਨਹੀਂ ਹੋ ਸਕਦੇ। ਸਥਾਪਤੀ ਦੇ ਗੋਗੇ گاਉਂਦੇ ਨੇ। ਜਿਹੜੀ ਸਥਾਪਤੀ ਜ਼ੁਲਮ ਕਰ ਰਹੀ ਹੈ ਲਗਾਤਾਰ ਘਟ ਗਿੰਦੇ ਦੇ ਤੇ ਜ਼ੁਲਮ ਕਰਦੀ ਆ ਰਹੀ ਹੈ। ਉਸ ਦੇ ਨਾਲੇ ਖੜੇ ਨੇ ਗਲਵਕੜੀਆਂ ਪਾਈਆਂ ਹੋਈਆਂ। ਕੀ ਕਰੀਏ ਇਹਨਾਂ ਲੋਕਾਂ ਦਾ? ਇਹ ਮੇਵਾਸਿੰਧ ਦੇ ਲੱਗਦੇ ਕੀ ਨੇ? ਵੇਵਾਸੀਨਾਂ ਤਰਸਕਾਰ ਕਰ ਰਹੇ ਨੇ ਇਹ ਭਾਗ ਸਿੰਘ ਦੀ ਕੁਸ਼ਨੀ ਲੱਗਦੇ ਨਾ ਇਹ ਬਤਨ ਸਿੰਘ ਦੇ ਲੱਗਦੇ ਨੇ ਨਾ ਗਦਰ ਪਾਰਟੀ ਦੇ ਨਾ ਇਹ ਮੈਂ ਮੈਨੂੰ ਤਾਂ ਮੈਨੂੰ ਕਹਿਣਾ ਚਾਹੀਦਾ ਕਿ ਇਹਨਾਂ ਨੂੰ ਕਹਿਣਾ ਚਾਹੀਦਾ ਇਮਾਨਦਾਰੀ ਨਾਲ ਕਿ ਕਾਮਾਗਾਟਾ ਮਾਰੂ ਦੇ ਮਾਮਲੇ 'ਚ ਸਾਡੇ ਜਿਹੜੇ ਬਜ਼ੁਰਗ ਸ਼ਾਮਿਲ ਹੋਏ ਸੀਗੇ ਅਸੀਂ ਉਹਨਾਂ ਦੇ ਕੁਛ ਨਹੀਂ ਲੱਗਦੇ ਤੁਸੀਂ ਆਪਣੀ ਹਰਕਤਾਂ ਰਾਹੀਂ ਦਾ ਵੈਸੀ ਬਦਾਵਾ ਲਿਖ ਦਿੱਤਾ ਹੋਇਆ ਰਸਮੀ ਤੌਰ ਤੇ ਲਿਖ ਕੇ ਦੇ ਦਿਓ ਘਟੋ ਘਟ ਲੋਕਾਂ ਦੇ ਪੁੱਛ ਲਿਖੇ ਦੂਰ ਹੋਣਗੇ ਜਿਹੜੇ ਅੱਜ ਵੀ ਤਾਂ ਅੱਖਾਂ ਦੇ ਪੱਟੀ ਚਾੜ ਕੇ ਬੈਠੇ ਆ ਉਹਨਾਂ ਨੂੰ ਤਾਂ ਪਤਾ ਲੱਗੇ ਤੁਸੀਂ ਕਰ ਕੀ ਰਹੇ ਹੋ ਬਦਾਵਾ ਇਹਨਾਂ ਵੱਲੋਂ ਦਿੱਤਾ ਜਾ ਚੁੱਕਿਆ ਹੈ ਇਹਨਾਂ ਦੀ ਤਾਂ ਗੱਲ ਹੀ ਕੋਈ ਨਹੀਂ ਕਰਨੀ ਇਹ ਤਾਂ ਉਹ ਲੋਕ ਨੇ ਜਿਹੜੇ ਗੁਰੂ ਸਾਹਿਬ ਨੂੰ ਪਿੱਠ ਦੇ ਗਏ ਸੀਗੇ ਔਰ ਜਿਹੜੇ ਮੋੜ ਆਏ ਸੀ ਬਾਅਦ ਵਿੱਚ 40 ਮੁਕਤੇ ਜਿਹੜੇ ਕਹਾਏ ਇਹ ਉਹਨਾਂ ਵਰਗੇ ਵੀ ਨਹੀਂ ਬਣ ਸਕਦੇ ਕਿਉਂਕਿ ਬਦਾਵਾ ਲਿਖ ਕੇ ਮੁੜ ਕੇ ਇਹਨਾਂ ਨੇ ਕਦੇ ਪਛਤਾਵਾ ਵੀ ਨਹੀਂ ਕੀਤਾ ਤੇ ਨਾ ਆਪਣੇ ਆਪ ਨੂੰ ਸੋਧਣ ਦੀ ਕਦੇ ਕੋਸ਼ਿਸ਼ ਕੀਤੀ ਸੋ ਇਸ ਕਰਕੇ ਇਹਨਾਂ ਬਾਰੇ ਹੁਣ ਕੀ ਕਹਿਣਾ ਇਹਨਾਂ ਨੇ ਤਾਂ ਲਗਾਤਾਰ ਤਾਂ ਨਾ ਵੇਖਿਆ ਜਾਵੇ ਤਾਂ ਇੱਕ ਵਾਰ ਨਹੀਂ ਕਈ ਵਾਰੀ ਸਾਡੇ ਇਹੋ ਜਿਹੇ ਕੰਮ ਕੀਤੇ ਕੇ ਭਾਈਚਾਰੇ ਦਾ ਸ਼ਰਮ ਨਾ ਸਿਰ ਚੁਕਦਾ ਇਥੋਂ ਤੱਕ ਕਿ ਦੇਖੋ ਇਹ ਵੀ ਸੁਣਨ ਚ ਆਇਆ ਜੀ ਸਿੱਖ ਨੇਸ਼ਨ ਵੱਲੋਂ ਜਿਹੜਾ ਹਰ ਸਾਲ ਖੂਨਦਾਨ ਕੈਂਪ ਲਾਇਆ ਜਾਂਦਾ 84 ਦੇਕਰ ਦੇ ਆਂਦੇ ਮਰਤਕਾਂ ਦੀ ਯਾਦ ਚ ਪਿੱਛੇ ਜੇ ਉਹਨਾਂ ਦਾ ਵੀ ਇੱਕ ਬੋਰਡ ਸੀਗਾ ਜਿਹੜਾ ਉਹ ਲਾਉਣਾ ਚਾਹੁੰਦਾ ਸੀ ਗੁਰੂ ਘਰ ਦੇ ਆਲੇ ਦੁਆਲੇ ਉਹ ਵੀ ਨਹੀਂ ਲੱਗਣ ਦਿੱਤਾ ਗਿਆ ਉਸ ਤੇ ਵੀ ਕਿੰਤੂ ਪਰੰਤੂ ਹੋਇਆ ਇਹੋ ਜੀਆਂ ਨੀਤੀਆਂਾਂ ਆਂ ਦੀਆਂ ਨੇ ਔਰ ਖਾਲਸਾ ਦੇਵਾਂ ਸੋਸਾਇਟੀ ਦੇ ਇਹ ਪੈਰੋਕਾਰ ਕੋ ਹਾਂਦੇ ਨੇ ਸੋ ਇਹ ਹੁਣ ਲੋਕ ਸੋਚਣ ਅਗਲੀਆਂ ਕਦੇ ਚੋਣਾਂ ਆਉਂਦੀਆਂ ਇਹੋ ਜੇ ਲੋਕਾਂ ਨੂੰ ਮਸੰਦਾ ਨੂੰ ਚੱਲਦਾ ਕਰਨ ਤਾਂ ਜੋ ਨਵੇਂ ਪ੍ਰਬੰਧਕ ਆਉਣ ਔਰ ਕੋਈ ਨਵੀਂ ਨਵੀਂ ਸੇਧ ਦੇਣ ਮੈਂ ਤਾਂ ਇਹੀ ਕਹਿ ਸਕਦਾ ਗੁਰੂਗ੍ਰੰਥ ਸਾਹਿਬ ਦਾ ਸਤਕਾਰ ਅਸੀਂ ਜਦੋਂ ਦੇਖਦੇ ਹਾਂ ਕਿ ਗੁਰੂਗ੍ਰੰਥ ਸਾਹਿਬ ਦਾ ਸਿਧਾਂਤ ਜਿਸ ਜਿਸ ਦੇ ਪ੍ਰਕਾਸ਼ਮਾਨ ਰੂਪ ਨੂੰ ਜੇ ਭਾਈ ਭਾਗ ਸਿੰਘ ਤੇ ਭਾਈ ਬਤਨ ਸਿੰਘ ਨੇ ਪ੍ਰਤੱਖ ਰੂਪ ਚ ਵਿਚਾਰਿਆ ਜਾਂ ਭਾਈ ਮੇਵਾ ਸਿੰਘ ਨੇ ਵਿਚਾਰਿਆ ਕਿ ਜਦੋਂ ਉਹ ਪ੍ਰਕਾਸ਼ ਦੇ ਦੌਰਾਨ ਜਿੱਥੇ ਗੋਲੀਆਂ ਚੱਲੀਆਂ ਬੀਲਾ ਜੇਾਨ ਨੇ ਜਦੋਂ ਗੋਲੀ ਚਲਾਈ ਜਾਂ ਇਹਨਾਂ ਦੀ ਸ਼ਹਾਦਤ ਹੋਈ ਤੇ ਉਸ ਵੇਲੇ ਇੱਕ ਰਿਐਕਸ਼ਨ ਜਿਹੜਾ ਪ੍ਰतिकਰਮ ਸੀ ਉਹ ਪ੍ਰतिकਰਮ ਜਿਹੜਾ ਸੀ ਉਹ ਭਾਈ ਮੇਵਾ ਸਿੰਘ ਵੱਲੋਂ ਹੋਇਆ ਹਾਲਾਂਕਿ ਉਹਨਾਂ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਉਹਨਾਂ ਤੇ ਪ੍ਰਭਾਵ ਪ੍ਰਭਾਅ ਪਾ ਕੇ ਜਾਂ ਉਹਨਾਂ ਨੂੰ ਗਾਲੀ ਗਲੋਚ ਕਰਕੇ ਜਾਂ ਉਹਨਾਂ ਨੂੰ ਇਥੋਂ ਕੱਢਣ ਦੇ ਵਾਸਤੇ ਜਾਂ ਇਹ ਕਹਿਣ ਵਾਸਤੇ ਕਿ ਜਿਹੜੇ ਰਸਤੇ ਕਦੇ ਅਸੀਂ ਭਾਗ ਸਿੰਘ ਬਦਨ ਸਿੰਘ ਨੂੰ ਤੁਰਿਆ ਤੈਨੂੰ ਵੀ ਉਸੇ ਰਸਤੇ ਤੁਰਾਂਗੇ ਪਰ ਉਹ ਦ੍ਰਿੜ ਇਰਾਦੇ ਵਾਲੇ ਮਹਾਨ ਆਨੰਨ ਭਗਤ ਤੇ ਗੁਰਸਿੱਖ ਨੇ ਇਸ ਗੱਲ ਨੂੰ ਸਿਧਾਂਤ ਚ ਰੱਖਿਆ ਕਿ ਨਹੀਂ ਮੈਂ ਇਸ ਜ਼ੁਲਮ ਦੇ ਖਿਲਾਫ ਜਟਣਾ ਇਸ ਕਰਕੇ ਨਹੀਂ ਕਿ ਇਹ ਜਿਹੜਾ ਹੌਪਕਿੰਸ ਹਨ ਹੈ ਇਹ ਗੋਰਾ ਇਹਦਾ ਰੰਗ ਹੋ ਰਿਹਾ ਹੈ ਇਹਦੀ ਭਾਸ਼ਾ ਹੋ ਰਿਹਾ ਹੈ ਇਹਦੀ ਜ਼ੁਬਾਨ ਹੋ ਰਿਹਾ ਨਹੀਂ ਇਸ ਕਰਕੇ ਕਿ ਇਹ ਜੋ ਕੰਮ ਕਰ ਰਿਹਾ ਇਹ ਕੰਮ ਸਮੁੱਚੀ ਮਨੁੱਖਤਾ ਦੇ ਖਿਲਾਫ ਹੈ ਇਹ ਵਸਤੀਵਾਦ ਦਾ ਇਹ ਇੱਕ ਹੱਥ ਟੋਕਾ ਹੈ ਇਹ ਨਸਲਵਾਦ ਦਾ ਪ੍ਰਤੀਕ ਹੈ ਉਸ ਨੇ ਐਡਾ ਕਦਮ ਚੁੱਕਿਆ ਹੁਣ ਜਦੋਂ ਮੇਵਾ ਸਿੰਘ ਨੂੰ 14 ਅਕਤੂਬਰ 1914 ਨੂੰ ਮੇਵਾ ਸਿੰਘ ਨੇ ਹੌਪਕਿੰਸਨ ਨੂੰ ਸੋਧਿਆ ਤੇ ਉਸ ਤੋਂ ਬਾਅਦ 11 ਜਨਵਰੀ 1915 ਨੂੰ ਉਹਨਾਂ ਦੀ ਸ਼ਹਾਦਤ ਹੋਈ ਇਹ ਸ਼ਹਾਦਤ ਭਾਈ ਭਾਗ ਸਿੰਘ ਤੇ ਭਾਈ ਬਦਨ ਸਿੰਘ ਨਾਲ ਸਿੱਧੀ ਜੁੜਦੀ ਹੈ ਸਮੁੱਚੇ ਪ੍ਰਸੰਗ ਨੂੰ ਜਦੋਂ ਦੇਖੀਏ ਅੱਜ ਜਦੋਂ ਭਾਈ ਮੀਵਾ ਸਿੰਘ ਜੀ ਦੇ ਨਾਮ ਤੇ ਉਹਨਾਂ ਦੇ ਉਹਨਾਂ ਦੇ ਪ੍ਰਸੰਗ ਦੇ ਵਿੱਚ ਨਿਊ ਵੈਸਟਮਿੰਸਟਰ ਜਿੱਥੇ ਕਿ ਇੱਕ ਗੈਰ ਇੰਡੀਅਨ ਗੈਰ ਸਿੱਖ ਕਾਉਂਸਲਰ ਚੱਕ ਬੈਕਮਾਇਰ ਨੇ ਮਤਲਿਆ ਆ ਕੇ ਪ੍ਰੋਕਲੇਮੇਸ਼ਨ ਜਾਰੀ ਕਰਵਾਈ ਹੈ ਕਿ ਮੀਵਾ ਸਿੰਘ ਨੂੰ ਮਾਨਤਾ ਦਿੱਤੀ ਜਾਵੇ ਜਦੋਂ ਅਸੀਂ ਇਹਨਾਂ ਯੋਧਿਆਂ ਦੀ ਗੱਲ ਕਰਦੇ ਹਾਂ ਇਹਨਾਂ ਮਹਾਨ ਸ਼ਹੀਦਾਂ ਦੀ ਗੱਲ ਕਰਦੇ ਹਾਂ ਤਾਂ ਸਾਡੇ ਪੋਲਿਟਿਸ਼ੀਅਨ ਜਿਹੜੇ ਆ ਰਾਜਨੀਤੀਵਾਨ ਨੇ ਜਿਹੜੇ ਆਪਣੇ ਭਾਈਚਾਰੇ ਦੇ ਨੇ ਜਿਨ੍ਹਾਂ ਨੂੰ ਇਹ ਹੱਕ ਇਹਨਾਂ ਦੀਆਂ ਸ਼ਹਾਦਤਾਂ ਦੇ ਬਦੌਲਤ ਮਿਲੇ ਨੇ ਉਹਨਾਂ ਦਾ ਕੀ ਫਰਜ਼ ਬਣਦਾ ਹੈ ਗੁਰਦਰ ਸਿੰਘ ਜੀ ਮੈਂ ਥੋੜੀ ਜੀ ਖੁੱਲ੍ਹ ਕੇ ਅਕੇ ਗੱਲ ਕਹਾਂਗਾ ਕਿ ਮੈਂ ਤੁਹਾਨੂੰ ਉਸ ਗੱਲ ਦੀ ਦੱਸ ਦੇਣੀ ਚਾਹੁੰਦਾ ਕਿ ਤੁਸੀਂ ਜਦੋਂ ਰੇਡੀਓ ਸ਼ੇਰੇ ਪੰਜਾਬ ਤੇ ਕੰਮ ਕਰਦੇ ਸੀ ਤੁਸੀਂ ਕਿ ਰਵਾਇਤ ਥੋਰੀ ਕਿ 11 ਜਨਵਰੀ ਨੂੰ ਉਸੇ ਘੜੀ ਉਸੇ ਪਲ 1 ਮਿੰਟ ਦਾ ਮੌਨਤਾ ਰਹਿ ਜਾਵੇ ਜਦੋਂ ਮੇਵਾ ਸਿੰਘ ਨੂੰ ਫਾਂਸੀ ਲਾਇਆ ਗਿਆ ਜੀ ਤੁਸੀਂ ਆਪਣੇ ਵੱਲੋਂ ਕਈ ਸਦਾ ਤੋਂ ਲੱਗੇ ਰਹੇ ਇਸ ਕੰਮ ਤੇ ਜੀ ਠੀਕ ਹੈ ਜੀ ਤੁਸੀਂ ਇਸ ਗੱਲ ਤੇ ਵੀ ਜ਼ੋਰ ਦਿੱਤਾ ਕਿ ਜਿੰਨੇ ਸਾਡੇ ਚੁਣੇ ਹੋਣ ਮੈਂ ਦੇ ਸਾਡੇ ਜਿਹੜੇ ਮੇਵਾ ਸਿੰਘ ਵਰਗੇ ਦੀਆਂ ਕੁਰਬਾਨੀਆਂ ਦੇ ਬਦੋਲਦ ਅੱਜ ਪਾਰਲੀਮੈਂਟ 'ਚ ਬੈਠੇ ਨੇ ਅਸੈਂਬਲੀ 'ਚ ਬੈਠੇ ਨੇ ਜੀ ਸਿਟੀ ਕੌਂਸਲਾਂ 'ਚ ਬੈਠੇ ਨੇ ਉਹਨਾਂ ਨੂੰ ਕੁਝ ਕਰਨਾ ਚਾਹੀਦਾ ਮੇਵਾ ਸਿੰਘ ਨੂੰ ਸ਼ਹੀਦ ਮੰਨਣਾ ਚਾਹੀਦਾ ਬਿਲਕੁਲ ਇੰਨੇ ਸਾਲ ਹੋ ਗਏ ਕਦੇ ਸੁਣਿਆ ਕਿਸੇ ਨੇ ਇੱਕ ਤਾਂ ਕਿ ਕਿਆ ਹੋਵੇ ਕਿ ਮੇਵਾ ਸਿੰਘ ਦੇ ਅਸੀਂ ਮਾਣ ਕਰਦੇ ਹਾਂ ਸਾਡਾ ਸ਼ਹੀਦ ਸੀਗਾ ਸਾਡਾ ਨਾਇਕ ਸੀਗਾ ਜੀ ਕੁਝ ਨਹੀਂ ਹੋਇਆ ਚੰਗਪਗ ਮਾਰਨੇ ਇੱਕ ਗੋਰਾ ਜਿਸਨੇ ਪ੍ਰੋਕਲੇਮੇਸ਼ਨ ਲਿਆ ਕੇ ਧਰ ਦਿੱਤਾ ਤੁਹਾਡੇ ਸਾਹਮਣੇ ਇਹਨਾਂ ਨੂੰ ਸ਼ਰਮਣ ਜੀ ਦੇ ਲੋਕਾਂ ਨੂੰ ਹੁਣ ਸਰੀ ਦੇ ਵਿੱਚ ਇੱਕ ਨਿੱਕੀ ਜਿਹੀ ਕੋ ਗਲੀ ਹੈ ਉਸ ਨੂੰ ਨਾਂ ਦਿੱਤਾ ਗਿਆ ਕਾਮਾਗਾਟਾ ਮਰੂ ਦਾ ਉੱਤੇ ਵੀ ਬੜੀ ਲੋਡੀਆਂ ਪੈ ਰਹੀਆਂ ਨੇ ਜੇ ਸਰੀ ਦਾ ਕਾਮਾਗਾਟਾ ਮਰੂ ਨਾਲ ਕੋਈ ਸਬੰਧ ਨਹੀਂ ਹੈ ਸਿਰਫ ਸਬੰਧ ਇਹ ਕਹਿੰਦੇ ਕਿ ਭਾਈਚਾਰੇ ਦੇ ਲੋਕ ਜ਼ਿਆਦਾ ਇੱਥੇ ਰਹਿੰਦੇ ਹਾਂ ਹਾਂ ਜੇ ਇਹੀ ਸਬੰਧ ਹੈ ਤਾਂ ਫਿਰ ਮੇਵਾ ਸਿੰਧਾ ਦਾ ਸਾਡਾ ਸਬੰਧ ਵਧਦਾ ਸਰੀ ਦੀ ਮਨਿਸਪੈਰੇਟੀ ਸਰੀ ਦੇ ਐਮਐਲਏ ਸਰੀ ਦੇ ਐਮਪੀ ਕਿਉਂ ਚੁੱਪ ਰਹੇ ਨੇ ਇਸ ਸਾਲ ਕਿਉਂ ਨਹੀਂ ਉਹਨਾਂ ਨੇ ਮੇਵਾ ਸਿੰਧ ਦੇ ਬਾਰੇ ਕਦੇ ਗੱਲ ਕੀਤੀ ਖੁੱਲ ਕੇ ਕਿ ਸਾਡਾ ਸ਼ਹੀਦ ਸੀ ਮਤਲਬ ਕਹਿਣ ਦਾ ਕਿ ਇਹ ਡੀ ਮਤਲਬ ਅਕਲ ਅਕਿਰਤ ਕੰਤਾ ਔਰ ਵੈਨਕੂਵਰ ਦੀ ਜਿਹੜੀ ਇਹ ਜਿਹਦੀ ਖਾਸ ਕਰਕੇ ਸਾਡੇ ਦੇਪਾ ਗੱਲ ਕਰਕੇ ਹਟੇ ਆ ਜੀ ਜੇ ਇਹਨਾਂ 'ਚ ਕੋਈ ਮਾੜੀ ਮੋਟਿਵ ਨਹੀਂ ਸ਼ਰਮ ਹਿਆ ਹੁੰਦੀ ਚੱਕਪਕਵਾਰ ਨੂੰ ਸਦਕੇ ਉਹਨੂੰ ਸ਼ਾਬਾਸ਼ੀ ਦਿੰਦੇ ਉਹਨੂੰ ਮੈਡਲ ਲੰਦੇ ਕਿ ਤੂੰ ਬੜਾ ਵਧੀਆ ਕੰਮ ਕੀਤਾ ਹੂੰ ਜੇ ਸੱਚਮੁੱਚ ਤੁਸੀਂ ਮੇਵਾ ਸਿੰਘ ਨੇ ਕੋਈ ਲਗਦੇ ਆ ਜੀ ਹਾਲ ਖੋਲੇ ਥਲੇ ਮੇਵਾ ਸਿੰਘ ਲੰਗਰ ਹਾਲ ਤੁਸੀਂ ਚੱਕਪਕਵਾਰ ਤੋਂ ਘਟੋ ਘਟ ਦੇਖੋ ਨੇ ਜੋ ਕਰਕੇ ਵਿਖਾਇਆ ਤੁਸੀਂ ਵੈਨਕੂਵਰ ਸਿਟੀ ਕਾਉਂਸਲ ਨੂੰ ਕਰਾ ਲੰਦੇ ਬਿਲਕੁਲ ਤੁਸੀਂ ਉਹ ਵੀ ਨਹੀਂ ਕਰਾ ਸਕੇ ਉਲਟੋ ਬੈਂਕੂਵਰ ਸਿਟੀ ਕੌਂਸਲਰ ਸੀਏ ਦੇ ਖਿਲਾਫ ਉਹਦੇ ਚੋ ਇੱਕ ਜੀਨ ਸੌਂਸਰ ਮਤਾ ਲਾ ਰਹੀ ਤੁਸੀਂ ਉਸ ਨੂੰ ਫੇਲ ਕਰਵਾ ਰਹੇ ਹੋ ਸੋ ਇਹੋ ਜੀ ਇਹਨਾਂ ਦੀ ਡੇਲਟਾਸਪੀਆਂ ਨੇ ਮੈਨੂੰ ਲੱਗਦਾ ਮੇਵਾਸੀ ਨੂੰ ਵੀ ਇਹ ਸ਼ਹੀਦ ਸਿਰਫ ਮਜਬੂਰੀ ਵਾਸਤ ਮੰਨ ਰਹੇ ਨੇ ਕਿਉਂਕਿ ਭਾਈਚਾਰੇ ਵਿੱਚ ਉਸ ਨੂੰ ਸ਼ਹੀਦ ਮੰਨ ਲਿਆ ਗਿਆ ਜਿਹੜਾ ਭਾਈਚਾਰਾ ਮੇਵਾਸ ਨੂੰ ਸ਼ਹੀਦ ਮੰਨਦਾ ਹੈ ਅਸਲ ਗੱਲ ਇਹ ਹੈ ਕਿ ਉਹਨਾਂ ਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਦਾ ਕਿ ਸਰਕਾਰ ਨੂੰ ਸ਼ਹੀਦ ਮੰਦੀ ਹੈ ਨਹੀਂ ਮੰਦੀ ਕਿਉਂਕਿ ਭਾਈਚਾਰਾ ਸਰਕਾਰ ਦੇਗੇ ਕੋਈ ਝੋਲੀ ਆੜ ਕੇ ਨਹੀਂ ਖੜਾ ਕਿ ਉਹ ਨੂੰ ਸ਼ਹੀਦ ਮੰਨੋ ਇਹ ਗੱਲ ਵੱਖਰੀ ਕਿ ਪੇਟੀਸ਼ਨ ਇੱਕ ਸਾਈਨ ਹੋਈ ਹੈ 10 ਸਾਲ ਬਾਅਦ ਲੋਕਾਂ ਦਸਖਤ ਕੀ ਦੇਣਗੇ ਮੇਵਾ ਸਿੰਘ ਦੀ ਜਿਹੜੀ ਬਿੰਮ ਜਿਹੜਾ ਬਣਿਆ ਉਸ ਨੂੰ ਦੁਰਸਤ ਕੀਤਾ ਜਾਵੇ ਹੂੰ ਉਸ ਨੂੰ ਬਰੀ ਕੀਤਾ ਜਾਵੇ ਸਦਾ ਲਈ ਕਿਉਂਕਿ ਉਸਨੇ ਜੋ ਕੀਤਾ ਸੀ ਸਹੀ ਕੀਤਾ ਸੀਗਾ ਪਰ ਫਿਰ ਵੀ ਭਾਈਚਾਰੇ ਵਿੱਚ ਉਹਦਾ ਬਿੰਮ ਇੱਕ ਪਸ਼ੀਦ ਵਾਲਾ ਬਣਿਆ ਹੋਇਆ ਰਤਬਾ ਬਣਿਆ ਹੋਇਆ ਉਸ ਗੱਲ ਦਾ ਮੋਥਾ ਨਹੀਂ ਕਿ ਸਰਕਾਰ ਕੀ ਕਹਿੰਦੀ ਹੈ ਜੀ ਪਰ ਇਹ ਇਹ ਜਿਹੜੇ ਲੋਕ ਮੇਵਾ ਸਿੰਘ ਦੇ ਨਾਂ ਦੇ ਉੱਤੇ ਹਾਲ ਬਣਾ ਕੇ ਬੈਠੇ ਉੱਥੇ ਲੰਗਰ ਹਾਲ ਜਾਂ ਮੇਵਾ ਸਿੰਘ ਦੇ ਨਾਂ ਤੇ ਕਹਿੰਦੇ ਇੱਕ ਸਾਰਾ ਸਟੱਡੀ ਸੰਸਥਾ ਜਿਹੜੀ ਕਾਇਮ ਆ ਤਾਂ ਮੇਵਾ ਸਿੰਘ ਦੇ ਘਟੋ ਘਟ ਪੂਰਨ ਚਲਦੇ ਹੋਏ ਜਾਂ ਤਾਂ ਉਸ ਦੀ ਸੋਚ ਤੇ ਪਹਿਰਾ ਦੇ ਹਾਂਜੀ ਜੇ ਤੁਹਾਡੇ ਹੱਥ ਵਸ ਨਹੀਂ ਹੈ ਰੱਤਾ ਭਾਰ ਨਹੀਂ ਚਲਦੀਆਂ ਤੇ ਘਟੋ ਘੜ ਮੇਵਾ ਸਿੰਘ ਦਾ ਨਾਮ ਰੋਸ਼ਨ ਹੋਵੇ ਕੁਝ ਕਰਕੇ ਦਿਖਾਓ ਜਿਹੜੇ ਪੋਲੀਟੀਸ਼ਨ ਤੁਹਾਡੇ ਕੋਲ ਆਉਂਦੇ ਨੇ ਵੋਟਾ ਮੰਗਣ ਦੇ ਖਾਤਰ ਤੁਸੀਂ ਕਿੰਨੀ ਵਾਰੀ ਉਹਨਾਂ ਨੂੰ ਜਵਾਬਦੇਹ ਬਣਾਇਆ ਕਿ ਮੇਵਾ ਸਿੰਘ ਲਈ ਤੁਸੀਂ ਕੀ ਕੀਤਾ ਮੇਵਾ ਸਿੰਘ ਦੀ ਸ਼ਹਾਦਤ ਦੀ ਸ਼ਤਾਬਦੀ ਵੀ ਆ ਕੇ ਲੰਘ ਗਈ 2015 ਚ ਇੱਕ ਵੀ ਕੋਈ ਉਹ ਐਕਟੀਵਿਟੀ ਨਹੀਂ ਹੋਈ ਅਫਸੋਸ ਦੀ ਗੱਲ ਇਹ ਹੈ ਕਿ ਜਦੋਂ 2015 ਚ ਸ਼ਤਾਬਦੀ ਵੜਾਇਆ ਮੇਵਾ ਸਿੰਘ ਦੀ ਸ਼ਹਾਦਤ ਦਾ ਜਿਸ ਥਾਂ ਤੇ ਮੇਵਾ ਸਿੰਘ ਨੂੰ ਫਾਂਸੀ ਲਾਈ ਗਈ ਉੱਥੇ ਇੱਕ ਨਿਕਾ ਜ ਮਮਦ ਦੀ ਮਾਰ ਦਾ ਆਯੋਜਨ ਕੀਤਾ ਗਿਆ 50 ਬੰਦੇ ਮਸੀ ਪਹੁੰਚੇ ਉੱਥੇ ਜਦੋਂ ਕਿ ਜਦੋਂ ਫਾਂਸੀ ਲਾਈ ਗਈ ਮੇਵਾਸੀ ਨੂੰ 1915 ਚ ਹਾਂਜੀ 500 ਲੋਕਾਂ ਦਾ ਇਕੱਠ ਸੀਗਾ ਬਿਲਕੁਲ ਉਦੋਂ ਸਾਡੇ ਸਟੇਸ਼ਨ ਤੇ ਰੇਡੀਓ ਸਟੇਸ਼ਨ ਵੀ ਨਹੀਂ ਸੀ ਹੁੰਦੇ ਕਿ ਜਿੱਥੇ ਹੋਕਾ ਦਿੱਤਾ ਜਾਵੇ ਕਿ ਉੱਥੇ ਪਹੁੰਚੋ ਐਮਪੀ ਐਮਐਲ ਤੇ ਸਾਡੇ ਹੈ ਹੀ ਨਹੀਂ ਸੀ ਹੂੰ ਨਾ ਸਾਡੇ ਕੋਲ ਆਪਣੇ ਕਾਰਾਂ ਸੀਗੀਆਂ ਜੀ ਫਿਰ ਵੀ 500 ਬੰਦੇ ਉੱਥੇ ਪਹੁੰਚ ਗਏ ਜੀ ਤੇ ਅੱਜ ਸਕਾਰਾਂ ਵੀ ਨੇ ਟ੍ਰਾਂਸਲਿੰਗ ਵੀ ਚੱਲਦੀ ਹੈ ਐਮਪੀ ਵੀ ਨੇ ਐਮਐਲ ਨੇ ਰੇਡੀਓ ਸਟੇਸ਼ਨ ਵੀ ਨੇ ਅਖਬਾਰਾਂ ਵੀ ਨੇ ਟੀਵੀ ਸਟੇਸ਼ਨ ਵੀ ਹੈ ਬਿਲਕੁਲ ਤੇ ਇਕੱਠ ਹੋਏ 50 ਲੋਕਾਂ ਦਾ ਇਹ ਸਾਡੇ ਭਾਈਚਾਰੇ ਦੀ ਗਹਿਰਤ ਕੀ ਕਹੀ ਇਹਨਾਂ ਨੂੰ ਕਿਹੜਾ ਗੱਲਾਂ ਸੋ ਪੋਲਿਟਿਸ਼ੀਅਨਸ ਤੇ ਅਸੀਂ ਬਾਤ ਚਾਹੀਏ ਪਹਿਲਾਂ ਤੇ ਆਪਣੇ ਭਾਈਚਾਰੇ ਦੇ ਉੱਤੇ ਵੇਖੀਏ ਕਿ ਕੀ ਅਸੀਂ ਕੀਤਾ ਕੀ ਨਹੀਂ ਕੀਤਾ ਇਹ ਗੱਲ ਬੜੀ ਦਰਸਦੀ ਵਾਲੀ ਤੁਸੀਂ ਗੱਲ ਕਹੀ ਹੈ ਕਿ ਜਿਹੜੇ ਲੋਕ ਜਿਨ੍ਹਾਂ ਲਈ ਇਹ ਯੋਧੇ ਸ਼ਹੀਦ ਹੋਏ ਉਹਨਾਂ ਨੇ ਅੰਦਰ ਵੀ ਚਣ ਕਿੰਨੀ ਕਾਇ ਮੈਨੂੰ ਯਾਦ ਹੈ ਕਿ ਇਸ ਸਾਲ ਦੇ ਆਰੰਭ ਦੇ ਵਿੱਚ ਜਦੋਂ ਭਾਈ ਭਾਗ ਸਿੰਘ ਭਾਈ ਵਦਨ ਸਿੰਘ ਨੂੰ ਜਾਂ ਭਾਈ ਮੇਵਾ ਸਿੰਘ ਨੂੰ ਯਾਦ ਕਰਦੇ ਹੋਏ ਇਹਨਾਂ ਸਾਰੇ ਯੋਧਿਆਂ ਦੀਆਂ ਸਿੱਖ ਜੈਪੁਰ ਦਰਬਾਰ ਸਾਹਿਬ ਅੰਮ੍ਰਿਤਸਰ ਤਸਵੀਰਾਂ ਲੱਗੀਆਂ ਸਿੱਖ ਜੈਪੁਰ ਘਰ ਦੇ ਵਿੱਚ ਤੇ ਉਹ ਜਨਵਰੀ 11 ਦਾ ਦਿਨ ਸੀ ਸ਼ਹੀਦੀ ਦਿਨ ਭਾਈ ਪਾ ਮੀਵਾ ਸਿੰਘ ਜੀ ਦਾ ਪਰ ਭਾਈ ਭਗ ਸਿੰਘ ਪਿੱਖੀ ਪਿੰਡ ਜਾਂ ਭਾਈ ਬਦਨ ਸਿੰਘ ਦਲੇਲ ਸਿੰਘ ਵਾਲਾ ਪਿੰਡਾਂ ਦੇ ਵਿੱਚ ਵੀ ਕਈ ਪਿੰਡਾਂ ਨੂੰ ਅਸੀਂ ਪਹੁੰਚ ਕਰ ਰਹੇ ਸਾਂ ਉੱਥੋਂ ਜਿਹੜੇ ਆਏ ਜਿਨ੍ਹਾਂ ਦੇ ਅੰਦਰ ਜਿਨ੍ਹਾਂ ਨੂੰ ਪਹਿਲੀ ਵਾਰ ਹੀ ਪਤਾ ਲੱਗਿਆ ਕਿ ਐਸੇ ਸਨ ਉਹਨਾਂ ਨੂੰ ਪਿੰਡ ਦੇ ਵਿੱਚ ਵੀ ਇਸ ਗੱਲ ਦਾ ਗਿਆਨ ਨਹੀਂ ਸੀ ਕਿ ਸਾਡੇ ਪਿੰਡ ਦਾ ਐਡਾ ਵੱਡਾ ਯੋਧਾ ਉੱਥੋਂ ਤੱਕ ਵੀ ਨਹੀਂ ਸੀ ਕਿਤਾਬਾਂ ਦੇ ਵਿੱਚ ਪਾਠ ਪੁਸਤਕਾਂ ਦੇ ਵਿੱਚ ਕਿਸੇ ਨੇ ਕਦੇ ਪੜਾਇਆ ਨਹੀਂ ਕਿਸੇ ਦੱਸਿਆ ਨਹੀਂ ਕਿ ਇਹ ਵੀ ਸਾਡੇ ਲੋਕ ਨੇ ਅੱਜ ਜਦੋਂ ਨਿੱਕੇ ਮੋٹے ਉਂਗਲੀ ਤੇ ਲਹੂ ਲਾ ਕੇ ਸ਼ਹੀਦ ਬਣੇ ਜਿਹੜੇ ਲੋਕ ਨੇ ਉਹਨਾਂ ਦੀਆਂ ਕਹਾਣੀਆਂ ਬਣਾਈਆਂ ਜਾਂਦੀਆਂ ਕਿ ਸਵਰਕਰ ਵਰਗੇ ਜਿਹੜੇ ਨੇ ਫਲਾਣੇ ਜਿਹੜੇ ਨੇ ਕੁਝ ਹੋਰ ਨੇ ਜਿਹੜੇ ਘੜੇ ਘੜਾਏ ਜਿਹੜੇ ਦੇਸ਼ ਆਜ਼ਾਦੀ ਦੇ ਪਰਵਾਨੇ ਗਰਦਾਨੇ ਗਏ ਨੇ ਉਹਨਾਂ ਨੂੰ ਬੜਾ ਪ੍ਰੋਮੋਟ ਕੀਤਾ ਜਾਂਦਾ ਪਰ ਕਿਸੇ ਕਿਤਾਬ ਦੇ ਵਿੱਚ ਇਹਨਾਂ ਦਾ ਮਿਹਰਬਾਨੀ ਮਿਲਦਾ ਕਿਸੇ ਆਮ ਲੋਕਾਂ ਦੇ ਅੰਦਰ ਚੇਤਨਾ ਨਹੀਂ ਹੈ ਇਸ ਪਾਸੇ ਜਦੋਂ ਹਿਸਟਰੀ ਪੜ੍ਹ ਕੇ ਬਾਹਰਲੇ ਦੇਸ਼ਾਂ ਚਾਹੁੰਦੇ ਨਹੀਂ ਫਿਰ ਪਤਾ ਲੱਗਦਾ ਕਿ ਇਹ ਲੋਕ ਵੀ ਹੋਏ ਨੇ ਸੋ ਇਹ ਜਿਹੜੀ ਘਾਟ ਹੈ ਜਿਸ ਨੂੰ ਅਸੀਂ ਜਿਸ ਦੇ ਮੁਲਕ ਦੀ ਆਜ਼ਾਦੀ ਜਾਂ ਉਥੋਂ ਦੇ ਬਸਤੀਵਾਦ ਦੇ ਖਾਤਮੇ ਲਈ ਇਹ ਸ਼ਹੀਦ ਹੋਏ ਉਹਨਾਂ ਨੇ ਵੀ ਮੈਨੂੰ ਲੱਗਦਾ ਕਦਰ ਤਾਂ ਕੀ ਪਾਉਣੀ ਸੀ ਹਰ ਤਰ੍ਹਾਂ ਉਹਨਾਂ ਦੇ ਵਿਰੋਧੀ ਚੱਲੇ ਜੋ ਉਹਨਾਂ ਨੇ ਕੀਤਾ ਸੀ ਯੋਧਿਆ ਨੇ ਵੇਖੋ ਸਤਮ ਦੀ ਗੱਲ ਹੈ ਗੁਰਵਿੰਦਰ ਸਿੰਘ ਜੀ ਇੱਕ ਦੁੱਕੀ ਦਾ ਵਿਅਕਤੀ ਸਰਵਜੀਤ ਸਿੰਘ ਜਿਹੜਾ ਭਾਰਤ ਸਰਕਾਰ ਦਾ ਟਾਊਟ ਜਸੂਸ ਜਿਹੜਾ ਪਾਕਿਸਤਾਨ ਵੀ ਜਾ ਕੇ ਮਰਿਆ ਜੇਲ੍ਹ ਦੇ ਵਿੱਚ ਜਿਸ ਦੀ ਭੈਣ ਦਾ ਵੀ ਪਤਾ ਕਿ ਕਿਸ ਤਰ੍ਹਾਂ ਦੇ ਸਮੰਦ ਰਹੇ ਉਹਨਾਂ ਦੇ ਅਜੀਤ ਸਿੰਘ ਪੂਲਾ ਵਰਗੇ ਲੋਕਾਂ ਦੇ ਨਾਲ ਉਹਨੂੰ ਤਾਂ ਸ਼ਹੀਦ ਮੰਨ ਲਿਆ ਗਿਆ ਭਾਰਤ ਸਰਕਾਰ ਵੱਲੋਂ ਹੈ ਉਹ ਵੀ ਪਿੱਖੀ ਬਣਦਾ ਸੀ ਹੂੰ ਭਾਈ ਭਾਕ ਸਿੰਘ ਵੀ ਪਿੱਖੀ ਬਣਦਾ ਸੀ ਭਾਈ ਭਾਕ ਨੂੰ ਸ਼ਹੀਦ ਹੋਇਆ 1914 ਤੋਂ ਲੈ ਕੇ 100 ਸਾਲ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ ਉਹਦੇ ਲਈ ਨਾ ਕੋ ਬੁੱਤ ਬਣਿਆ ਨਾ ਕੋਈ ਸ਼ਹੀਦੀ ਸਮਾਰਕ ਬਣਿਆ ਨਾ ਉਹਨੂੰ ਸ਼ਹੀਦ ਮੰਨਿਆ ਗਿਆ ਉਸ ਰੂਪ 'ਚ ਤੇ ਸਰਵਜੀਤ ਸਿੰਘ ਵਰਗਾ ਟੋਚਾ ਟੋਚਾ ਜਾ ਉਹਨੂੰ ਸ਼ਹੀਦ ਬਣਾ ਲਿਆ ਕੌਮੀ ਸ਼ਹੀਦ ਇਸ ਤੋਂ ਵੱਡੀ ਸ਼ਰਮ ਦੀ ਗੱਲ ਕਿਹੜੀ ਹੋਏਗੀ ਕਿ ਜਿਹੜੇ ਟਾਊਟ ਕਿਸਮ ਦੇ ਲੋਕ ਨੇ ਸਰਕਾਰਾਂ ਉਹਨਾਂ ਨੂੰ ਤਾਂ ਮਾਨਤਾ ਦੇ ਰਹੀਆਂ ਜਿਨ੍ਹਾਂ ਦੀ ਬਦੌਲਤ ਤੁਸੀਂ ਆਜ਼ਾਦ ਹੋਏ ਹੋ ਜਿਨ੍ਹਾਂ ਦੀ ਬਦੌਲਤ ਤੁਸੀਂ ਮੁੱਖ ਮੰਤਰੀ ਬਣ ਕੇ ਬੈਠੇ ਹੋ ਸੰਤਰੀ ਬਣ ਕੇ ਬੈਠੇ ਹੋ ਉਹ ਉਹ ਤੁਹਾਡੇ ਤੁਹਾਨੂੰ ਤੁਸੀਂ ਉਹਨਾਂ ਨੂੰ ਵਿਸਾਰ ਹੀ ਦਿੱਤਾ ਵਿਸਰੇ ਹੋਏ ਤੁਹਾਨੂੰ ਉਹ ਸੋ ਇਸ ਤੋਂ ਵੱਡੀ ਬੱਡਬਣਾ ਕੀ ਹੋਏਗੀ ਕਿ ਭਿੱਖੀ ਬਣ ਦਾ ਇਲਾਕਾ ਹੋਵੇ ਜਿੱਥੇ ਭਾਈ ਭਾਕਪ ਸਿੰਘ ਦਾ ਜੱਦੀ ਪਿੰਡ ਉਹਨੂੰ ਤਾਂ ਕੋਈ ਯਾਦ ਕਰੇ ਨਾ ਕਰੇ ਸਰਬਜੀਤ ਸਿੰਘ ਵਰਗੇ ਨੂੰ ਸੀਦ ਬਣਾ ਦਿੱਤਾ ਗਿਆ ਇਸ ਤੋਂ ਵੱਡੀ ਹੋਰ ਸ਼ਰਮ ਦੀ ਗੱਲ ਕਿਹੜੀ ਹੋ ਸਕਦੀ ਹੈ ਤੁਸੀਂ ਇਸ ਤੋਂ ਅਨਮਾਨ ਲਾ ਲਓ ਕਿ ਕਿਹੜੇ ਕੀ ਸਾਡੇ ਬૌਧਿਕ ਪੱਧਰ ਹੈ ਸਾਡੇ ਲੀਡਰਾਂ ਦਾ ਫਿਰ ਇਸੇ ਰੋਸਟਰੀਡ ਵੱਲ ਆਈਏ ਜਾਂ ਮੋਡਰੇਟ ਗਰੁੱਪ ਵੱਲ ਇਹਨਾਂ ਵਿੱਚ ਇੱਕ ਅਖੌਤੀ ਕੋਈ ਸਿੱਖ ਬੁੱਧੀਜੀਵੀ ਤੋਂ ਰੈਫਰ ਦਾ ਅਗਿਆਨੀ ਕਿਸਮ ਦਾ ਉਹ ਤਾਂ ਕਹਿੰਦਾ ਮੈਂ ਅਸ਼ੀਰਦ ਨਹੀਂ ਮੰਨਦਾ ਮੇਵਾ ਸਿੰਘ ਨੂੰ ਮੇਵਾ ਸਿੰਘ ਨੂੰ ਅਸ਼ੀਰਦ ਕਿਉਂ ਮੰਨਣਾ ਯਾਨੀ ਉਹਦੇ ਢਿਹੜ ਦੀ ਗੱਲ ਮੈਂ ਤਾਂ ਦੱਸ ਰਿਆਂਗੇ ਇੱਥੋਂ ਤੁਸੀਂ ਅਨਮਾਨ ਲਾਓਗੇ ਉਹਨਾਂ ਵਿੱਚ ਵੀ ਉਹ ਲੋਕ ਬੈਠੇ ਆ ਹੂੰ ਉਹਨਾਂ ਲੋਕਾਂ ਦੇ ਵਿੱਚ ਉਹ ਲੋਕ ਬੈਠੇ ਆ ਜਿਹੜੇ ਅਜੇ ਮੇਵਾ ਸਿੰਘ ਨੂੰ ਛੇਤੀ ਕਿਤੇ ਆ ਅਸ਼ੀਰਦ ਮੰਨਣ ਨੂੰ ਤਿਆਰ ਨਹੀਂ ਹਾਂ ਉਹਨਾਂ ਨੂੰ ਪਾਲਾ ਪੈਂਦਾ ਇਸ ਗੱਲ ਦੇ ਕਿ ਓਪਨ ਓਪਨ ਰਸ਼ੀਦ ਮੰਨਾਂਗੇ ਤੇ ਸ਼ਾਇਦ ਗੋਰੀ ਗੋਰੀਆਂ ਦੀ ਬੋਗਰੀ ਸਾਡੇ ਮਗਰ ਪੈ ਜਾਊਗੀ। ਹੂੰ ਇਸ ਕਿਸਮ ਦੇ ਲੋਕ ਨੇ। ਉਹ ਸਿਆਸਤਦਾਨਾਂ ਜੋ ਲੋਕ ਕਿਉਂ ਨਹੀਂ ਹੋਣਗੇ ਜਿਹੜੇ ਹਰ ਵੇਲੇ ਤੇਲ ਵੇਖੋ ਤੇਲ ਦੀ ਧਾਰ ਵੇਖੋ ਦੀ ਪਾਲਿਸੀ ਅਨੁਸਾਰ ਚੱਲਦੇ ਆ। ਵੋਟਾਂ ਦੀ ਰਾਜਨੀਤੀ 'ਚ ਪਏ ਹੋਏ ਆ। ਸੋ ਚੱਕਪਕ ਮਾਰਨੇ ਜੀ ਹੌਸਲਾ ਕੀਤਾ ਇਹ ਵੀ ਕਰਕੇ ਵਿਖਾਉਣ। ਸੋ ਇਹ ਸਾਡੇ ਭਾਈਚਾਰੇ ਦੇ ਮੋੜ-ਮੋੜ 'ਤੇ ਗੱਲ ਆਊਗੀ ਆਵਲੇ ਕਿ ਅਸੀਂ ਅਸੀਂ ਕਿੰਨਾ ਕਿ ਮੇਵਾ ਸਿੰਘ ਨੂੰ ਭਾਗ ਸਿੰਘ ਨੂੰ ਜਾਂ ਉਹਨਾਂ ਦੀ ਸ਼ਾਤਨ ਸੁਕਾਰਿਆ। ਜੀ ਜੀ ਇਹ ਗੱਲ ਸੋਚਣਾ ਲੱਗੀ। ਬਹੁਤ ਵੱਡੀ ਜਿਹੜੀ ਦੁਖਾਂ ਦੀ ਤੁਸੀਂ ਗੱਲ ਕੀਤੀ ਹੈ ਕਿ ਜਿਸ ਅਗਿਆਨੀ ਕਿਸਮ ਦੇ ਲੋਕਾਂ ਦੇ ਅੰਦਰ ਅਜੇ ਵੀ ਭਾਈ ਮੇਵਾ ਸਿੰਘ ਨੂੰ ਸ਼ਹੀਦ ਨਾ ਮੰਨਣ ਤੋਂ ਸੋਚ ਜਿਹੜੀ ਪਨਪੀ ਹੋਈ ਹੈ ਉਹਨਾਂ ਦੀ ਮਾਨਸਿਕ ਤੌਰ ਤੇ ਸੋਚ ਕਿੰਨੀ ਗੰਧਲੀ ਹੋ ਚੁੱਕੀ ਹੈ ਕਿ ਕੀ ਭੁਲੇਖਾ ਰਹਿ ਜਾਂਦਾ ਹੈ ਕਿ ਜਿਹੜੇ ਵਿਅਕਤੀ ਨੇ ਆਪਣੇ ਹਿੱਤਾਂ ਦੇ ਲਈ ਨਹੀਂ ਮਨੁੱਖਤਾ ਦੇ ਹਿੱਤਾਂ ਲਈ ਹਥਿਆਰਬੰਦ ਸੰਘਰਸ਼ ਕਰਕੇ ਜ਼ੁਲਮ ਨੂੰ ਸੋਧਿਆ ਜ਼ਾਲਮ ਨੂੰ ਸੋਧਿਆ ਉਸ ਤੋਂ ਬਾਅਦ ਜੇ ਇਤਿਹਾਸ ਦੇਖੀਏ ਜੇ ਭਾਈ ਭਾਗ ਸਿੰਘ ਵਦਨ ਸਿੰਘ ਦੀ ਸ਼ਹਾਦਤ ਨਾ ਹੁੰਦੀ ਭਾਈ ਮੇਵਾ ਸਿੰਘ ਜੀ ਉਸ ਵੇਲੇ ਹੌਪਕਿੰਸਨ ਨੂੰ ਜਿਹੜਾ ਖਤਮ ਨਾ ਕਰਦੇ ਉਸ ਤੋਂ ਬਾਅਦ ਇਸ ਧਰਤੀ ਤੇ ਸਾਡਾ ਇਤਿਹਾਸ ਕੁਝ ਹੋਰ ਹੋਣਾ ਸੀ ਇੱਕ ਹੌਪਕਿੰਸਨ ਨਹੀਂ ਪਤਾ ਨਹੀਂ ਕਿੰਨੇ ਵਿਲੀਅਮ ਹੌਪਕਿੰਸਨ ਹੋਣੇ ਸੀ ਤੇ ਸ਼ਾਇਦ ਸਾਡੀਆਂ ਅਗਲੀਆਂ ਪੀੜ੍ਹੀਆਂ ਇੱਥੇ ਨਾ ਹੁੰਦੀਆਂ ਜਿਹੜੇ ਅੱਜ ਗਦਾਰ ਕਿਸਮ ਦੀ ਸੋਚ ਦੇ ਮਾਲਕ ਨੇ ਜੇਕਰ ਉਹ ਦੇਖਣ ਕਿ ਅੱਜ ਜੇ ਉਹ ਇੱਥੇ ਬੈਠੇ ਨੇ ਤਾਂ ਬੈਠੇ ਹੀ ਭਾਈ ਭਾਗ ਸਿੰਘ ਵਦਨ ਸਿੰਘ ਮੇਵਾ ਸਿੰਘ ਦੀ ਬਦੌਲਤ ਨੇ ਅਸੀਂ ਅੱਜ ਜੋ ਅਸੀਂ ਪ੍ਰੋਗਰਾਮ ਕਰ ਰਹੇ ਹਾਂ ਪੰਜਾਬੀ ਦੇ ਵਿੱਚ ਇਹ ਵੀ ਉਹਨਾਂ ਦੇ ਬਦੌਲਤ ਆ ਜੀ ਕਿਉਂਕਿ ਅਸੀਂ ਸੁਣਦੇ ਹਾਂ ਕਿ ਸਾਡੇ ਜਿਹੜੀਆਂ ਉਸ ਵੇਲੇ ਬਜ਼ੁਰਗ ਔਰਤਾਂ ਨੂੰ ਸਕਰਟਾਂ ਪਾਉਣੇ ਪੈਂਦੇ ਸੀਗੇ ਕਿਉਂਕਿ ਜੇ ਉਹ ਸੂਟ ਪਾ ਕੇ ਨਿਕਲਦੀਆਂ ਸੀ ਬਾਹਰ ਤਾਂ ਉਹਨਾਂ ਦੇ ਉੱਤੇ ਆਂਡੇ ਸੁੱਟੇ ਜਾਂਦੇ ਸੀ ਜੀ ਨਸਲੀ ਤਾਣੇ ਦਿੱਤੇ ਜਾਂਦੇ ਸੀ ਸਾਡੇ ਬਜ਼ੁਰਗਾਂ ਨੇ ਕੋਸ਼ਿਸ਼ ਕੀਤੀ ਹੈ ਮੇਨਸਟ੍ਰੀਮ ਦਾ ਹਿੱਸਾ ਬਣਨ ਦੀ ਹੂੰ ਕਈਆਂ ਨੇ ਕੇਸ ਕਤਲ ਕਰਵਾਏ ਜੀ ਕਈ ਕੋਡ ਪੈਨ ਬਾਹਰ ਨਿਕਲੇ ਹੂੰ ਟੇਬਲ ਕੁਰਸੀਆਂ ਤੇ ਲੰਗਰ ਦੀ ਜਿਹੜੀ ਪਰੰਪਰਾ ਵੀ ਤਾਂਹੀਂ ਸ਼ੁਰੂ ਹੋਈ ਜੀ ਅੱਜ ਤੱਕ ਪੰਜਾਬੀ ਪੋਲੀਟਿਸ਼ੀਨ ਤੁਹਾਡੇ ਕੋਲ ਆ ਕੇ ਵੋਟਾਂ ਮੰਗਦੇ ਨੇ ਪੰਜਾਬੀ ਚ ਫਤਹਿ ਵੀ ਬੁਲਾ ਦਿੰਦੇ ਥੋੜੀ ਬਹੁਤੀ ਪੰਜਾਬੀ ਵੀ ਸਿੱਖਣੀ ਸ਼ੁਰੂ ਕਰਦੇ ਕਈਆਂ ਨੇ ਉਦੋਂ ਜੀ ਤੁਸੀਂ ਪੰਜਾਬੀ ਚ ਗੱਲ ਕਰਦੇ ਸੀ ਤੁਹਾਨੂੰ ਕਿਹਾ ਜਾਂਦਾ ਸੀ ਤੁਸੀਂ ਗਾਲਾਂ ਕੱਢ ਰਹੇ ਹੋ ਇੱਥੇ ਰਹਿਣਾ ਅੰਗਰੇਜ਼ੀ ਚ ਗੱਲ ਕਰੋ ਕਿੱਥੇ ਉਹ ਜ਼ਮਾਨਾ ਸੀ ਕਿ ਤੁਸੀਂ ਪੰਜਾਬੀ ਵੀ ਨਹੀਂ ਸੀ ਬੋਲ ਸਕਦੇ ਤੇ ਅੱਜ ਪੰਜਾਬੀ ਸਟੇਸ਼ਨ ਕਿੰਨੇ ਨੇ ਜੀ ਪਹਿਲਾਂ ਤਾਂ ਅਸੀਂ ਧੰਨਵਾਦੀ ਆ ਉਹਨਾਂ ਦੇ ਉਹਨਾਂ ਕਰਕੇ ਪੰਜਾਬੀ ਪ੍ਰੋਗਰਾਮ ਚੱਲ ਰਹੇ ਆ ਜੀ ਸਾਡੀ ਪੱਤਰਕਾਰੀ ਜਿਹੜੀ ਚੱਲ ਰਹੀ ਹੈ ਉਹਦੇ ਕਰਕੇ ਚੱਲ ਰਹੀ ਪੱਤਰਕਾਰੀ ਦੇ ਬੋਟਾ ਵੀ ਉਹਨਾਂ ਨੇ ਲਾਇਆ ਜੀ ਹਰਨਾਮ ਸਿੰਘ ਸਾਰੇ ਕਾਰੀਗਰਾਂ ਨੇ ਜੀ ਆ ਜਿਹੜੇ ਅਖਬਾਰਾਂ ਕਿਤੇ ਕੱਢਦੇ ਫਿਰਦੇ ਆ ਕੋਈ ਕਹਿੰਦਾ ਜੀ ਤਰੂਦਾਰਾ ਸਾਡਾ ਬੜਾ ਵੱਡਾ ਸ਼ਹੀਦ ਆ ਪਹਿਲਾਂ ਤੇ ਭਾਈ ਭਾਸ ਨੂੰ ਯਾਦ ਕਰੋ ਜਾਂ ਹਰਨਾਮ ਸਿੰਘ ਕਾਰੀ ਸਾਰੇ ਨੂੰ ਜਾਂ ਕਰਮ ਸਿੰਘ ਦੋਲਤਪੁਰ ਨੂੰ ਜਿਨ੍ਹਾਂ ਦੀ ਬਦੌਲਤ ਇਹ ਅਖਬਾਰਾਂ ਚੱਲ ਰਹੀਆਂ ਇੱਥੇ ਅੱਜ ਸੋ ਉਹਨਾਂ ਨੇ ਸਾਡੇ ਦੀ ਪੈੜਾਂ ਛੱਡੀਆਂ ਜਿਹਦੇ ਕਰਕੇ ਅੱਜ ਅਸੀਂ ਇੱਥੇ ਪਹੁੰਚੇ ਆ ਸੋ ਪਹਿਲਾਂ ਤੇ ਇਹ ਦੇਖੀ ਮੀਡੀਆ ਦੇ ਤੌਰ ਤੇ ਅਸੀਂ ਕਿੰਨੇ ਕੁ ਬਹੁਤ ਆ ਰਹੇ ਆ ਆ ਪੰਜਾਬੀ ਪ੍ਰੈਸ ਕ럽 ਦਾ ਮੈਂ ਮਾਣ ਕਰਦਾ ਕਿ ਚਲੋ ਠੀਕ ਉਹਨਾਂ ਦਾ ਮਤਾ ਪਾਸ ਕਰਦਾ ਕਰਮ ਸਿੰਘ ਦੋ ਅਦਰਵਾਈਜ਼ ਕਿੰਨੀ ਕਵਾਰੀ ਕਿੰਨੀ ਸ਼ਿੱਦਤ ਨਾਲ ਪੰਜਾਬੀ মিডিਆ ਗੱਲਾਂ ਤੇ ਕੰਮ ਕਰ ਰਿਆ ਕਿਸ ਨੂੰ ਕੀ ਪਰਵਾਹ ਫੇਰ ਆਈ ਅਸੀਂ ਪੋਲਿਟਿਸ਼ਨਸ ਤੇ ਬਾਕੀਆਂ ਤੇ ਉਹਦੇ ਬਾਰੇ ਅਸੀਂ ਪਹਿਲਾਂ ਹੀ ਗੱਲ ਦੋਨੇ ਕਰ ਚੁੱਕੇ ਹਾਂ ਕਿ ਸਿਆਸਤਦਾਨਾਂ ਦਾ ਤਾਂ ਕੰਮ ਹੀ ਬਣ ਗਿਆ ਤੇਲ ਵੇਖੋ ਤੇਲ ਦੀ ਧਾਰ ਵੇਖੋ ਤੁਸੀਂ ਕਿੰਨੀ ਵਾਰੀ ਉਹਨਾਂ ਨੂੰ ਚੈਲੰਜ ਕੀਤਾ ਕਿ ਉਹਨਾਂ ਨੂੰ ਸ਼ਹੀਦ ਬੰਦੇ ਉਹ ਨਹੀਂ ਬੰਦੇ ਮੂੰਹ 'ਚ ਘੋਣੀਆਂ ਪਈਆਂ ਹੋਈਆਂ ਕਿੰਨੀ ਕਵਾਰੀ ਅਸੀਂ ਪਾਰਲੀਮੈਂਟ 'ਚ ਕਿਸੇ ਐਮਪੀ ਨੂੰ ਦੇਸੀ ਐਮਪੀ ਨੂੰ ਮੇਵਾ ਸਿੰਘ ਨੂੰ ਸ਼ਹੀਦ ਕਹਿੰਦੇ ਸੁਣਿਆ ਅਸੈਂਬਲੀ 'ਚ ਕਹਿੰਦੇ ਸੁਣਿਆ ਸਿਟੀ ਕਾਉਂਸਲ 'ਚ ਕਹਿੰਦੇ ਸੁਣਿਆ ਆ ਚੱਕਪਕ ਮਾਰਨੇ ਕਰਕੇ ਵਿਖਾਇ ਹਾਂ ਬਾਕੀ ਜੇ ਸਨਾਟਾ ਛਾਇਆ ਹੋਇਆ ਇਕੜ ਦੁਕੜ ਕਿਸੇ ਨੇ ਕੋਸ਼ਿਸ਼ ਕੀਤੀ ਐ ਸੋ ਇਹ ਇਹਨਾਂ ਨੂੰ ਮਤਲਬ ਸਾਡੇ ਸਾਰਿਆਂ ਦੀ ਸ਼ਰਮ ਦੀ ਗੱਲ ਹੈ ਕਿ ਅਸੀਂ ਆਪਣੇ ਹੀ ਬਜ਼ੁਰਗਾਂ ਦਾ ਨਾਂ ਲੈਣ ਤੋਂ ਗੁਰੇਜ਼ ਕਰ ਰਹੇ ਹਾਂ ਜੀ ਇਹ ਸਾਡੇ ਲਈ ਸ਼ਰਮ ਦੀ ਗੱਲ ਅਸਲ 'ਚ ਜਦੋਂ ਇਹਨਾਂ ਸਾਰੀਆਂ ਗੱਲਾਂ ਨੂੰ ਵਿਚਾਰਦੇ ਹਾਂ ਤਾਂ ਕਈ ਵਾਰ ਇਹ ਆਤਮ ਗਿਲਾਨੀ ਜਿਹੜੀ ਜਿਸ ਕਿਸਮ ਦੀ ਹੈ ਮਾਹੌਲ ਜਿਸ ਤਰ੍ਹਾਂ ਦਾ ਦੁੱਖ ਵੀ ਹੁੰਦਾ ਹੈ ਕਿ ਇਹ ਇਹ ਜੇ ਪੱਤਰਕਾਰੀ ਦੇ ਤੌਰ 'ਤੇ ਵੀ ਅਸੀਂ ਦੇਖੀਏ ਤਾਂ ਜੇਕਰ ਅੱਜ ਕੋਈ ਉਹਨਾਂ ਦੇ ਭਾਈ ਭਾਗ ਸਿੰਘ ਬਦਨ ਸਿੰਘ ਪਈ ਹਰਨਾਮ ਸਿੰਘ ਕਾਰੀਸਾਰੀ ਜਾਂ ਕਰਮ ਸਿੰਘ ਦੌਲਤਪੁਰ ਜਾਂ ਕਰਤਾਰ ਸਿੰਘ ਸਰਾਬਾ ਇਹਨਾਂ ਯੋਧਿਆਂ ਦੇ ਜੇਕਰ ਅਸਲੀ ਕੋਈ ਪਰਉਕਾਰ ਨਹੀਂ ਤਾਂ ਗੋਰੀ ਲੰਕੇਸ਼ਵਰਗੇ ਨੇ ਉਹ ਲੋਕ ਨੇ ਜਿਨ੍ਹਾਂ ਦਾ 5 ਸਤੰਬਰ ਨੂੰ ਜਿਨ੍ਹਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਜਿਸ ਤਰੀਕੇ ਨਾਲ ਉਹਨਾਂ ਦੇ ਉੱਪਰ ਫਾਸ਼ੀਵਾਦੀ ਅੱਜ ਦੀ ਫਾਸ਼ੀਵਾਦੀ ਸਰਕਾਰ ਦੀਆਂ ਜਿਹੜੀਆਂ ਉਹ ਤਾਕਤਾਂ ਜਿਹੜੀਆਂ ਜਿਸ ਤਰ੍ਹਾਂ ਭਾਰੂ ਹੋ ਕੇ ਜ਼ੁਲਮ ਕਰ ਰਹੀਆਂ ਨੇ ਤੇ ਮੈਨੂੰ ਲੱਗਦਾ ਕਿ ਅਸੀਂ ਲੋਕ ਤਾਂ ਇੱਕ ਤਰ੍ਹਾਂ ਉਹਨਾਂ ਤੋਂ ਬਹੁਤ ਦੂਰ देखो जिवें ਤੁਸੀਂ ਗੋਰਿੰਦ ਲੰਕੇਸ਼ ਦਾ ਨਾਮ ਲਿਆ ਗੋਰਿੰਦ ਲੰਕੇਸ਼ ਇੱਕ ਬਹਾਦਰ ਪੱਤਰਕਾਰ ਸੀ ਜਿਸ ਨੇ ਆਪਣੀ ਜਾਨ ਤੇ ਖੇਡ ਕੇ ਹਿੰਦੂਤਵੀ ਤਾਕਤਾਂ ਦੇ ਖਿਲਾਫ ਬੇਵਾਕੀ ਨਾਲ ਲਿਖਿਆ ਉਸ ਦੀ ਉਸ ਨੂੰ ਕੀਮਤਦਾ ਕਰਨੀ ਪਈ 5 ਸਤੰਬਰ ਨੂੰ ਉਸ ਨੂੰ 2017 ਵਿੱਚ ਕਤਲ ਕੀਤਾ ਗਿਆ ਪਰ ਮੈਂ ਨਾਲ ਦੀ ਨਾਲ ਮਿਸਾਲ ਦੇਣੀ ਚਾਹਾਂਗਾ ਜਸਵੰਤ ਸਿੰਘ ਖਾਰੜਾ ਹੋਣਾਂ ਦੇ ਵੀ ਜੀ ਉਹਨਾਂ ਦੀ ਸ਼ਹਾਦਤ ਵੀ ਇੰਦਾਂ ਦੇ ਨਾਲ ਚ ਹੋਈ 6 ਸਤੰਬਰ ਨੂੰ ਉਹਨਾਂ ਨੂੰ 1995 ਵਿੱਚ ਪੰਜਾਬ ਪੁਲਿਸ ਨੇ ਚੱਕ ਲਿਆ ਬਾਜ਼ ਖਵਾ ਦਿੱਤਾ ਜੀ ਮੈਂ ਸਿੱਧੇ ਤੌਰ ਤੇ ਕਹਾਂਗਾ ਕਿ ਜਸਵੰਤ ਸਿੰਘ ਖਾਰੜਾ ਨੇ ਕਰਮ ਸਿੰਘ ਦੋਲਤਪੁਰ ਦਾ ਇਤਿਹਾਸ ਸੱਚੀ ਦੁਹਰਾ ਕੇ ਦਿਖਾਇਆ ਸਾਨੂੰ ਜੀ ਕਰਮ ਸਿੰਘ ਦولت ਪੁਰਨੇ ਇੱਥੇ ਸਾਰੇ ਹੀ ਆਪਣੇ ਸੁੱਖ-ਸੂਤਾ ਛੱਡ ਕੇ ਵਾਪਸ ਜਾ ਕੇ ਜਿਹੜਾ ਹੈ ਮੌਤ ਨੂੰ ਮਾਸੀ ਆਖਿਆ ਔਰ ਸ਼ਹੀਦੀ ਜਾਮ ਕੀਤਾ ਉਹਨਾਂ ਨੇ ਪੁਲਿਸ ਮੁੱਠਪੇੜੇ 'ਚ ਮਰੇ ਜੀ ਖਰੜਾਲਾ ਸਾਹਿਬ ਵੀ ਉਸੇ ਤਰ੍ਹਾਂ ਦੇ ਇੱਥੇ ਆਏ ਨੇ ਬਾਬਾ ਜੀ ਉਹਨਾਂ ਦੇ ਕਾਮਾ ਕਾਟਾ ਮਰੂ ਜਹਾਜ਼ 'ਤੇ ਸਵਾਰ ਸੀਗੇ ਜਿਹਨਾਂ ਤੋਂ ਮੁੜਿਆ ਗਿਆ ਉਹਨਾਂ ਨੂੰ ਲੋਕਾਂ ਨੇ ਕਿਹਾ ਵੀ ਕਿ ਖਰੜਾਲਾ ਸਾਹਿਬ ਇੱਥੇ ਰਹਿ ਪਵੋ ਤੁਹਾਨੂੰ ਅਸੀਂ ਇਮੀਗ੍ਰੇ ਜਿਹੜਾ ਹੈ ਰਿਫਿਊਜੀ ਸਟੇਟਸ ਦਵਾ ਦਾਂਗੇ ਅਸੀਂ ਚਾਹੁੰਦੇ ਤੁਸੀਂ ਬਚੇ ਰਹੋ ਤੁਹਾਨੂੰ ਪੰਜਾਬ ਪੁਲਿਸ ਖਾ ਪਾ ਸਕਦੀ ਹੈ ਜੀ ਬਾਵਜੂਦ ਇਸ ਦੇ ਉਹ ਯੋਧਾ ਵਾਪਸ ਮੁੜਿਆ ਹੂੰ ਸ਼ਹੀਦੀ ਜਾਮ ਪੀਤਾ ਉਸਨੇ ਵੀ ਸੋ ਕਰਮ ਸਿੰਘ ਦੋਲਤਪੁਰ ਦੀ ਸੋਚ ਦੇ ਉੱਤੇ ਜਾਂ ਗਦਰਿਆਂ ਦੀ ਸੋਚ ਦੇ ਉੱਤੇ ਪੈਰਾ ਦੇਣ ਵਾਲੇ ਸੱਚੀ ਮੁੱਚੀ ਜੇ ਕੋਈ ਲੋਕ ਨੇਤਾ ਉਹ ਜਸਵੰਤ ਸਿੰਘ ਖਰੜਾ ਵਰਗੇ ਨੇ ਗੌਰਿੰਦ ਲੰਕੇਸ਼ ਵਰਗੇ ਨੇ ਇਹੋ ਜਿਹੇ ਨਹੀਂ ਜਿਹੜੇ ਇੱਥੇ ਤੁਰੇ ਫਿਰਦੇ ਜਿਹੜੇ ਇੱਕ ਅਖੌਤੀ ਸ਼ਹੀਦ ਪੱਤਰਕਾਰ ਜਾਂ ਖਾਲਸਾ ਦੇਵਾਂਤ ਸੋਸਾਇਟੀ ਦੇ ਚੰਦ ਪਰਿਵਾਰ ਜਾਂ ਕੋਈ ਗਿਆਨੀ ਧਿਆਨੀ ਇਹੋ ਜਿਹੇ ਲੋਕ ਜਿਹੜੇ ਨੇ ਸਿਰਫ ਇਹਨਾਂ ਨੇ ਬੁਰਕੇ ਪਾਏ ਹੋਏ ਆ ਔਰ ਲੋਕਾਂ ਨੂੰ ਗੁਬਰਾ ਕਰ ਰਹੇ ਮੈਂ ਧੰਨਵਾਦੀਆਂ ਤੁਹਾਡਾ ਗੁਰਪ੍ਰੀਤ ਸਿੰਘ ਜੀ ਤੁਸੀਂ ਬੜੇ ਵਿਸਥਾਰ ਚ ਸ਼ਹੀਦ ਭਾਈ ਭਾਗ ਸਿੰਘ ਭਾਈ ਬਦਨ ਸਿੰਘ ਉਹਨਾਂ ਦੇ ਸ਼ਹੀਦੀ ਦਿਨ ਤੇ ਵਿਚਾਰ ਸਾਂਝੇ ਕੀਤੇ ਹਾਰਦਿਕ ਸ਼ੁਕਰੀਆ ਬਹੁਤ ਸ਼ੁਕਰੀਆ ਸੋ ਅਖੀਰ ਦੇ ਵਿੱਚ ਜਿਹੜੀ ਸਾਡੇ ਸਾਰਿਆਂ ਦੇ ਵਾਸਤੇ ਇੱਕ ਬੜੀ ਵੱਡੀ ਚੁਣੌਤੀ ਹੈ ਸਭ ਤੋਂ ਪਹਿਲਾਂ ਤਾਂ ਇਹ ਕਿ ਸਾਨੂੰ ਪਤਾ ਹੋਵੇ ਕਿ ਭਾਈ ਭਾਗ ਸਿੰਘ ਭੀਖੀਪਿੰਡ ਕੌਣ ਸਨ ਤੇ ਜਿਵੇਂ ਜ਼ਿਕਰ ਹੋਇਆ ਕਿ ਉਹ ਭੀਖੀਪਿੰਡ ਦਾ ਸਰਬਜੀਤ ਸਿੰਘ ਨਾਂ ਦਾ ਵਿਅਕਤੀ ਜਿਸ ਨੂੰ ਕਿ ਪਾਕਿਸਤਾਨ ਦੇ ਵਿੱਚ ਜਿਸ ਤਰੀਕੇ ਨਾਲ ਉੱਥੇ ਪਹੁੰਚਣ ਤੇ ਉਸ ਨੂੰ ਮਾਰਿਆ ਗਿਆ ਉਸ ਨੂੰ ਲੈ ਕੇ ਬੜਾ ਵੱਡਾ ਕੌਮੀ ਸ਼ਹੀਦ ਲਾਨਿਆ ਗਿਆ ਪਰ ਉਸ ਤੋਂ ਇੱਕ ਸਦੀ ਪਹਿਲਾਂ ਉਸੇ ਥਾਂ ਦਾ ਭਾਈ ਭਾਗ ਸਿੰਘ ਭਿੱਖੀਵਿੰਡ ਜਿਹੜਾ ਮਹਾਨ ਸ਼ਹੀਦ ਹੋਇਆ ਕਿੰਨੀ ਅਕਿਰਤ ਕੰਨਤਾ ਉਹਦਾ ਜ਼ਿਕਰ ਵੀ ਨਹੀਂ ਹੋਇਆ ਇਹਦਾ ਮਤਲਬ ਏਡੀ ਘਟੀਆ ਸੋਚ ਹੈ ਸਾਡੀ ਇਸ ਤੋਂ ਬਾਅਦ ਅਸੀਂ ਭਾਈ ਪਤਨ ਸਿੰਘ ਦਲੇਲ ਸਿੰਘ ਵਾਲਾ ਦੀ ਗੱਲ ਕਰੀਏ ਜਿਹੜੇ ਇੱਥੇ ਆ ਕੇ ਜਿਵੇਂ ਉਹਨਾਂ ਨੇ ਜ਼ਿੰਦਗੀ ਖੁੱਲੀ ਖੁਲਾਸੀ ਜ਼ਿੰਦਗੀ ਬਸਰ ਕਰ ਰਹੇ ਸਨ ਪਰ ਉਹ ਸਿਧਾਂਤ ਤੇ ਕਾਇਮ ਸਨ ਕਿਸ ਤਰੀਕੇ ਨਾਲ ਉਹਨਾਂ ਨੇ ਉਸ ਵੇਲੇ ਜਦੋਂ ਹੌਪਕਿੰਸਨ ਦੇ ਇਸ਼ਾਰੇ ਤੇ ਬੇਲੇਜਾਨ ਨੇ ਹਮਲਾ ਕੀਤਾ ਗੁਰਦੁਆਰੇ 'ਚ ਤਾਂ ਬੇਲੇਜਾਨ ਨੂੰ ਫੜਿਆ ਉਹਨਾਂ ਨੂੰ ਜਾ ਫੜਿਆ ਜ਼ਾਲਮ ਨੇ ਉਹਨਾਂ ਦੇ ਰਿਵਾਲਵਰ ਬਲ ਕਰਕੇ ਉਹਨਾਂ ਦੇ ਗੋਲੀਆਂ ਨਾਲ ਉਹਨਾਂ ਨੂੰ ਸ਼ਹੀਦ ਕੀਤਾ ਇਹ ਯੋਧੇ ਸਾਡੇ ਮਹਾਨ ਨੇ ਇਹਨਾਂ ਦੀ ਬਦੌਲਤ ਅਸੀਂ ਇੱਥੇ ਬੈਠੇ ਆ ਸੋ ਸਾਨੂੰ ਪਹਿਲਾਂ ਆਪ ਇਹ ਇਤਿਹਾਸ ਪੜ੍ਹਨਾ ਚਾਹੀਦਾ ਹੈ ਫਿਰ ਸਾਡੀਆਂ ਸੰਸਥਾਵਾਂ ਸ਼ੇਰਾਂ ਦੀਆਂ ਮਾਰਾਂ ਤੇ ਗਿੱਦੜਾਂ ਦੀਆਂ ਕੋਲੋਲਾ ਅਸੀਂ ਉਹਨਾਂ ਸੰਸਥਾਵਾਂ ਦੇ ਅੱਗੇ ਵੀ ਇਹ ਗੱਲ ਰੱਖੀਏ ਕਿ ਅੱਜ ਜੇਕਰ ਅਸੀਂ ਇਹਨਾਂ ਸੰਸਥਾਵਾਂ ਦਾ ਆਨੰਦ ਮਾਣ ਰਹੇ ਹਾਂ ਤਾਂ ਇਹਨਾਂ ਸ਼ਹੀਦਾਂ ਦੀ ਬਦੌਲਤ ਨਹੀਂ ਇਹਨਾਂ ਦੇ ਦਿਨ ਜ਼ਰੂਰ ਮਨਾਓ ਪਰ ਇੱਕ ਰਵਾਇਤੀ ਰੂਪ ਚ ਨਹੀਂ ਕਿ ਦਿਨ ਮਨਾ ਲੇ ਤੇ ਕਹਾਣੀ ਖਤਮ ਹੋ ਗਈ ਉਨਾਂ ਨੇ ਪੈਰਾ ਵੀ ਦਿੱਤੀ ਜੇ ਪੱਤਰਕਾਰਾਂ ਸੀ ਤਾਂ ਵੀ ਸਾਨੂੰ ਦੇਖਣਾ ਪਏਗਾ ਕਿ ਇਥੇ ਇਸ ਦੇਸ਼ ਸੇਵਕ ਤੋਂ ਲੈ ਕੇ ਇਹਨਾਂ ਯੋਧਿਆਂ ਨੇ ਜੋ ਆਰੰਭ ਕੀਤਾ ਉਹ ਕਿੱਡਾ ਮਹਾਨ ਸੀ ਸੋ ਜੇਕਰ ਅੱਜ ਪਾਰਲੀਮੈਂਟ ਦੇ ਵਿੱਚ ਇਹਨਾਂ ਮਹਾਨ ਭਾਈ ਮੇਵਾ ਸਿੰਘ ਵਰਗਿਆਂ ਨੂੰ ਸ਼ਹੀਦ ਕਰਾਰ ਦਿੱਤਾ ਜਾਂਦਾ ਸਾਡੇ ਲਈ ਇਹ ਮਾਣ ਵਾਲੀ ਗੱਲ ਹੈ ਨਸਲਵਾਦ ਦੇ ਉਲਟ ਉਹਨਾਂ ਦਾ ਸੰਘਰਸ਼ ਸੀ ਸੋ ਅੱਜ ਆਓ ਅੱਜ ਦੇ ਇਸ ਇਤਿਹਾਸ ਨੂੰ ਆਪਣੇ ਬੱਚਿਆਂ ਨੂੰ ਵੀ ਆਪ ਵੀ ਸਾਂਝਾ ਕਰੀਏ ਆਪਣੀਆਂ ਪੀੜ੍ਹੀਆਂ ਨੂੰ ਦੱਸੀਏ ਕਿ ਸਾਡੇ ਪੂਰਵਜਾਂ ਨੇ ਕਿੰਨਾ ਕੁਝ ਇੱਥੇ ਕੀਤਾ ਜਿਨ੍ਹਾਂ ਦੀ ਬਦੌਲਤ ਅੱਜ ਇੱਥੇ ਅਸੀਂ ਇਹ ਆਜ਼ਾਦੀ ਤੇ ਸੁੱਖ-ਸਹੂਲਤਾ ਮਾਣ ਰਹੇ ਹਾਂ ਜੇਕਰ ਉਹ ਨਾ ਹੁੰਦੇ ਤਾਂ ਅੱਜ ਜਿਸ ਭਾਰਤ ਨੂੰ ਤੁਸੀਂ ਕਹਿ ਰਹੇ ਹੋ ਕਿ ਜਿੱਥੇ ਅੱਜ ਸੋਕਾਰਡ ਸਰਕਾਰਾਂ ਰਾਜ ਕਰ ਰਹੀਆਂ ਨੇ ਉੱਥੇ ਗੁਲਾਮੀ ਹੀ ਹੋਣੀ ਸੀ ਇਹਨਾਂ ਦੇ ਸੰਘਰਸ਼ ਕਰਕੇ ਉਹਨਾਂ ਨੂੰ ਆਜ਼ਾਦੀ ਮਿਲੀ ਪਰ ਇਹੀ ਗੱਲ ਹੈ ਕਿ ਅਫਸੋਸ ਹੈ ਕਿ ਜੋ ਅੱਜ ਹਾਲਾਤ ਨੇ ਉਹ ਬਿਲਕੁਲ ਗੌਰੀ ਲੰਕੇਸ਼ ਦੀ ਗੱਲ ਠੀਕ ਹੈ ਅੱਜ ਜ਼ੁਲਮ ਫੇਰ ਇਸ ਕਿਸਮ ਦਾ ਹੈ ਕਿ ਅੱਜ ਚੰਗੇ ਪੱਤਰਕਾਰਾਂ ਨੂੰ ਚੰਗੇ ਐਕਟਿਵਿਸਟ ਨੂੰ ਜਾਂ ਦਲੇਰ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤੇ ਉਹ ਜ਼ਾਲਮ ਕਿਸਮ ਦੇ ਲੋਕ ਭਾਰੂ ਨੇ ਇਹੋ ਜਿਹਾ ਮਾਹੌਲ ਦੇ ਵਿੱਚ ਸਾਨੂੰ ਅੱਗੇ ਆਉਣਾ ਚਾਹੀਦਾ ਹੈ ਕਿਉਂਕਿ ਜਦੋਂ ਤੱਕ ਅਸੀਂ ਜ਼ੁਲਮ ਦੇ ਖਿਲਾਫ ਆਵਾਜ਼ ਨਹੀਂ ਉਠਾਉਂਦੇ ਤਾਂ ਅਸੀਂ ਭਾਈ ਭਾਗ ਸਿੰਘ ਭਾਈ ਬਤਨ ਸਿੰਘ ਦੇ ਪੈਰੋਕਾਰ ਨਹੀਂ ਅਖਵਾ ਸਕਦੇ ਜਿਨ੍ਹਾਂ ਨੇ ਸ਼ਹਾਦਤ ਦਿੱਤੀ ਤੇ ਅਖੀਰ 'ਚ ਉਲਫਤ ਬਾਜਵਾ ਸਾਹਿਬ ਦੇ ਸ਼ਬਦ ਲੋਕਾਂ ਦੀ ਭੀੜ ਬਣੀ ਬਾਹਰ ਤੋਂ ਅੰਦਰ ਛੁਪ ਕੇ ਬੈਠਾ ਹੈ ਫੜ ਤੇ ਇੱਕ ਬਚਾ ਮਜ਼ਲੂਮਾਂ ਨੂੰ ਡੜਵਟ ਕੇ ਸੌਣਾ ਠੀਕ ਨਹੀਂ ਜਦ ਜ਼ੁਲਮ ਸਤਮ ਦੀ ਹੱਦ ਹੋਵੇ ਜਦ ਚਾਰਾ ਕੋਈ ਚੱਲੇ ਨਾ ਤਦ ਸੀਸ ਕਟਾਉਣਾ ਚੰਗਾ ਹੈ ਪਰ ਸੀਸ ਝੁਕਾਉਣਾ ਠੀਕ ਨਹੀਂ ਸੀਸ ਝੁਕਾਉਣਾ ਠੀਕ ਨਹੀਂ ਬਹੁਤ ਸ਼ੁਕਰੀਆ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ